ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੇ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ ਤੇ ਹਰ ਰੋਜ਼ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ। ਸਤਿ ਸ਼੍ਰੀ ਅਕਾਲ ਜੀ। ਅੱਜ ਤਾਂ ਫਿਰ ਤੋਂ ਨਵੀਂ ਕਮੀਜ਼ ਐਂ ਆ ਬਸ। ਟਾਣਾ ਸਾਹਿਬ, ਚੱਕਰ ਕੀ ਹੈ? ਕੋਈ ਚੱਕਰ ਨਹੀਂ, ਦੋ ਚਾਰ ਝੱਗੇ ਲੈਣੇ ਸੀ, ਉਹਨਾਂ ਚੋਂ ਇੱਕ ਇਹ ਲੈ ਲਿਆ। ਇਹ ਜਿਹੜਾ ਤੁਸੀਂ ਉਹ ਅਲਾਦੀਨ ਦੇ ਚਿਰਾਗ ਵਾਂਗੂ ਕਿਤੇ ਕਿਤਾਈ ਕੱਢਦੇ ਹੋ ਨਾ ਨਵੀਆਂ ਨਵੀਆਂ ਕਮੀਜ਼ਾਂ, ਇਹ ਕੁਝ ਸਮਝ ਨਹੀਂ ਆ ਰਿਹਾ ਮੈਨੂੰ। ਨਾ ਕੁਝ ਸਮਝਣ ਵਾਲੀ ਗੱਲ ਹੀ ਨਹੀਂ। ਮੈਂ ਅੱਗੇ ਵੀ ਕਹਿਣਾ ਹੁੰਦਾ, ਮਾਤੜ ਬੰਦਾ ਜੇ ਤਿਆਰ ਹੋ ਜੇ ਨਾ ਇੱਕ ਦਿਨ, ਲੋਕ ਕਹਿੰਦੇ ਵਿਆਹ ਚੱਲਿਆ। ਸਮਝਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ ਇਹਦੇ ਵਿੱਚ, ਐਸੀ ਤਾਂ ਗੱਲ ਹੀ ਕੋਈ ਨਹੀਂ ਹੈ ਨਾ ਜੀ। ਇਹਦੇ ਵਿੱਚ ਟੋਕਾ ਟਾਕੀ ਵਾਲੀ ਤਾਂ ਗੱਲ ਹੀ ਕੋਈ ਨਹੀਂ। ਸੋ ਅੱਜ ਖਿਲ ਰਹੇ ਹੋ ਵੈਸੇ ਤੁਸੀਂ? ਅੱਛਾ ਜੀ, ਖਿੜੇ ਖਿੜੇ ਜੇ ਲੱਗ ਰਹੇ ਹੋ। ਇਹ ਅਸਮਾਨੀ ਚੱਗਾ ਜੀ, ਇਹ ਚੰਗਾ ਲੱਗ ਰਿਹਾ ਫਿੱਕਾ ਨੀਲਾ ਜੀ। ਤੇ ਹੁਣ ਆਪਾਂ ਚੱਜ ਦੇ ਵਿਚਾਰ ਦੇ ਉੱਤੇ, ਚੱਜ ਦਾ ਵਿਚਾਰ ਹੈਗਾ ਤਰਕਸ਼ੀਲ ਲੋਕਾਂ ਦਾ, ਚੱਜ ਦਾ ਵਿਚਾਰ ਹੈਗਾ ਅੱਜ ਦੇ ਤਾਂਤਰਿਕਾਂ ਨੂੰ ਸੱਟ ਮਾਰਨ ਵਾਲਾ। ਵਾਹ, ਉਹ ਚੱਜ ਦਾ ਵਿਚਾਰ ਨਹੀਂ, ਅਸਲ ਦੇ ਵਿੱਚ ਚੱਜ ਦੀ ਗੱਲ ਹੀ ਹੈ, ਉਹ ਸਧਾਰਨ ਗੱਲ ਆ। ਇਹਦੇ ਵਿੱਚ ਕੋਈ ਬਹੁਤਾ ਲੰਮਾ ਚੌੜਾ ਵੇਰਵਾ ਹੈ ਨੀਗਾ। ਉਹ ਇਹ ਹੈ ਕਿ ਨਾਸਾ ਦੇ ਵਿਗਿਆਨੀ ਉਸ ਵਕਤ ਬੌਂਦਲ ਕੇ ਡਿੱਗ ਪਏ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਭਾਰਤ ਦੇ ਵਿੱਚ 101 ਰੁਪਈਆ ਲੈ ਕੇ ਤਾਂਤਰਿਕ ਗ੍ਰਹਿਆਂ ਦੀ ਚਾਲ ਹੀ ਬਦਲ ਦਿੰਦੇ ਆ। ਵਾਹ, ਕਿਆ ਬਾਤ ਹੈ! ਪਰ ਵੈਸੇ ਚੱਜ ਦੀ ਗੱਲ ਤੇ ਚੱਜ ਦੇ ਵਿਚਾਰ 'ਚ ਫਰਕ ਕੀ ਹੁੰਦਾ? ਕੋਈ ਵੀ ਨਹੀਂ, ਚੱਜ ਦੀ ਗੱਲ ਤਾਂ ਇਹ ਹੈ ਵੀ ਜਿਵੇਂ ਤੁਸੀਂ ਸਾਰਾ ਰਿਡ ਕਰਦੇ ਹੋ, ਚੱਜ ਦਾ ਵਿਚਾਰ ਉਹ ਆ ਜਿਹੜਾ ਆਪਾਂ ਇੱਥੇ ਬੈਠ ਕੇ ਪੇਸ਼ ਕਰਦੇ। ਤੇ ਮੈਂ ਕਿਹਾ ਸੀ ਚੱਜ ਦਾ ਵਿਚਾਰ ਪੇਸ਼ ਕਰੋ, ਤੁਸੀਂ ਕਹਿੰਦੇ ਇਹ ਹੈ ਤਾਂ ਚੱਜ ਦੀ ਗੱਲ ਹੀ, ਇਸ ਲਈ ਮੈਂ ਪੁੱਛਿਆ। ਭੂਮਿਕਾ ਤਾਂ ਆਪਾਂ ਪੂਰੀ ਬੰਨੀ ਸੀ ਆਉਂਦਿਆਂ ਹੀ, ਪਰ ਇਹ ਫਰਕ ਮਾੜਾ ਜਿਹਾ ਸਮਝਾਇਓ ਦੋਵਾਂ 'ਚ। ਨਹੀਂ, ਆਪਾਂ ਹੋਰ ਤਾਂ ਕੰਮ ਕਰਨਾ ਹੀ ਨੀਗਾ। ਆਪਾਂ ਨੂੰ ਦੋਵਾਂ ਜਣਿਆਂ ਨੂੰ ਰੱਖਿਆ ਹੀ ਮਾਲਕਾਂ ਨੇ ਇਸ ਗੱਲ ਦੇ ਲਈ ਵੀ ਫਰਕ ਸਮਝਾਈ ਜਾਇਆ ਕਰੋ। ਤਨਖਾਹ ਆਪਾਂ ਨੂੰ ਮਿਲਦੀ ਇਸ ਗੱਲ ਦੀ? ਤੁਹਾਨੂੰ ਨੀ, ਤੁਹਾਨੂੰ। ਮੈਂ ਤਾਂ ਫਰਕ ਸਮਝਣਾ ਚਾਹੁੰਦੀ ਹਾਂ ਜੀ ਜੀ। ਕਿੰਨਾ ਜ਼ਿੱਦ ਹੋ ਤੁਸੀਂ! ਮੈਂ ਕਿ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਵੇਖਿਓ ਜਰਾ ਕੀ ਹੋਇਆ। ਕੱਖ ਵੀ ਨੀ ਟਾਣਾ ਸਾਹਿਬ, ਠੀਕ ਹੋ? ਮੈਨੂੰ ਕੀ ਹੋਇਆ? ਨਹੀਂ, ਕਦੀ ਕਦੀ ਜਦੋਂ ਕਦੇ ਮੈਂ ਥੋੜਾ ਜਿਹਾ ਉਹ ਉੱਤਰ ਦੇਵਾਂ ਏਦਾਂ ਇਸ ਰੂਪ ਦੇ ਵਿੱਚ ਜਿਹੜਾ ਸੁਣ ਸੀਗਾ, ਉਦੋਂ ਤੁਸੀਂ ਇਹ ਕਦੇ ਕੀ ਹੋਇਆ ਜੀ? ਕਿਉਂਕਿ ਕਦੀ ਕਦੀ ਦਿੰਦੇ ਹੋ ਨਾ ਇੱਕਦਮ, ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ। ਉਹ ਤੁਸੀਂ ਮੁੱਖ ਗੱਲ ਤੇ ਆਓ ਜੀ, ਚੱਜ ਦੇ ਵਿਚਾਰ ਤੇ ਆਓ। ਮੈਂ ਫਿਰ ਸੁਣਾ ਦਿਆਂ ਚੱਜ ਦਾ ਵਿਚਾਰ ਆਪਣਾ। ਕਹਿੰਦੇ ਕੁਛ ਲੋਗੋ ਕੋ ਲੱਗਤਾ ਹੈ, ਕੁਛ ਕੋ ਲੋਗੋ ਕੋ ਲੱਗਤਾ ਹੈ ਕਿ ਮੁਝੇ ਉਨਕੀ ਚਾਲਾਕੀਆਂ ਸਮਝ ਨਹੀਂ ਆਤੀ। ਮੁਝੇ ਉਨਕੀ ਚਾਲਾਕੀਆਂ ਸਮਝ ਨਹੀਂ ਆਤੀ, ਪਰ ਮੁਝਕੋ ਤੋ ਬਿਲਕੁਲ ਆਤੀ ਹੈ, ਮਗਰ ਮੈਂ ਬੋਲਤਾ ਨਹੀਂ। ਜ਼ਿਆਦਾ ਹੋ ਗਿਆ। ਅੱਛਾ, ਮੁੜਿਆ ਅੱਛਾ, ਜਿੰਨਾ ਕਿਹਾ ਸੀ ਉਨਾ ਹੀ ਦੁਹਰਾਓ। ਕੁਛ ਲੋਗੋ ਕੋ ਲਗਤਾ ਹੈ ਕਿ ਮੁਝੇ ਉਨਕੀ ਚਲਾਕੀਆਂ ਸਮਝ ਨਹੀਂ ਆਤੀ। ਕੁਛ ਲੋਗੋ ਕੋ ਲਗਤਾ ਹੈ ਕਿ ਮੁਝੇ ਉਨਕੀ ਚਲਾਕੀਆਂ ਬਿਲਕੁਲ ਸਮਝ ਮੇ ਨਹੀਂ ਆਤੀ, ਮਗਰ ਮੈਂ ਚੁੱਪਚਾਪ ਦੇਖਤਾ ਰਹਿਤਾ ਹੂੰ ਉਨਹੇ ਆਪਣੀ ਨਜ਼ਰੋਂ ਸੇ ਗਿਰਤੇ ਹੂਏ। ਵਾਹ, ਕਿਆ ਬਾਤ ਹੈ, ਵੰਡਰਫੁਲ, ਛਾ ਗਏ। ਪਰ ਮੈਂ ਉਹਨਾਂ ਲੋਕਾਂ ਨੂੰ ਆਪਣੀਆਂ ਨਜ਼ਰਾਂ ਦੇ ਵਿੱਚੋਂ ਲਗਾਤਾਰ ਡਿੱਗਦੇ ਹੋਏ ਦੇਖਦਾ, ਇਹ ਇੱਕ ਵੱਖਰੀ ਗੱਲ ਹੈ। ਉਹ ਇਸ ਗੱਲ ਨੂੰ ਮਹਿਸੂਸ ਨਹੀਂ ਕਰਦੇ ਜੀ, ਇਹ ਵੱਖਰੀ ਗੱਲ ਆ। ਉਹਨਾਂ ਨੂੰ ਇੱਕ ਦਿਨ ਪਤਾ ਲੱਗੂਗਾ ਜਦੋਂ ਉਹਨਾਂ ਦਾ ਕੁੰਡਾ ਹੋ ਜਾਊਗਾ ਜੀ, ਇਹ ਇੱਕ ਵੱਖਰੀ ਗੱਲ ਹੈ। ਬਈ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ ਕੀ ਕਰ ਗਈ ਇਹ? ਕਦੋਂ ਕਹਿ ਲਈ? ਦੇਖੋ ਇਹਦੇ ਵਿੱਚ ਵੀ ਤਾਂ ਡਿੱਗਣ ਡਿੱਗਣ ਦੀ ਗੱਲ ਆ। ਗਾਲਬ ਨੇ ਇਹ ਗੱਲ ਕਦੋਂ ਕਹਿ ਦਿੱਤੀ? ਬਾਕੀ ਤਾਂ ਸਾਰੀਆਂ ਗੱਲਾਂ ਤੁਸੀਂ ਗਾਲਬ ਦੇ ਕੋਲੇ ਬਹਿ ਕੇ ਸੁਣੀਆਂ। ਗਾਲਬ ਤੁਹਾਡੇ ਘਰੇ ਰੋਟੀ ਖਾਂਦਾ ਸੀ? ਨਹੀਂ ਨਹੀਂ, ਵੈਸੇ ਗਾਲਬ ਨੂੰ ਤੁਸੀਂ ਚਿਪੜਾ ਦੀ ਚਟਨੀ ਖਵਾਉਂਦੇ ਹੁੰਦੇ ਸੀਗੇ। ਚਿਪੜਾ ਦੀ ਚਟਨੀ ਤਾਂ ਮੈਂ ਆਪ ਤੁਹਾਡੇ ਕੋਲੋਂ ਖਾਂਦੀ। ਉੱਥੇ ਇੱਕ ਦਿਨ ਕੋਈ ਨਾ ਕੋਈ ਮੈਨੂੰ ਇਹੋ ਜਿਹਾ ਸ਼ੇਰ ਕੋਈ ਨਾ ਕੋਈ ਸੱਜਣ ਸੁਣਾਉਂਦਾ, ਗਾਲਬ ਦਿਲ ਕੇ ਬਹਿਲਾਨੇ ਕੋ, ਚਲੋ ਇਹ ਤਾਂ ਗੱਲ ਲਿਖੀ ਹੈ, ਗਾਲਬ ਨੇ ਇਹ ਕਰ ਲਿਆ, ਗਾਲਬ ਐਸੇ ਮੁਹੱਬਤ ਮੈਂ, ਗਾਲਬ ਇਹਨਾਂ ਗੱਲਾਂ ਨੂੰ ਕਦੋਂ ਲਿਖਦਾ ਸੀ? ਹਰ ਗੱਲ 'ਚ ਗਾਲਬ ਪਾ ਕੇ ਉਹਨੂੰ ਵਿਚਾਰੇ ਨੂੰ ਐਵੇਂ ਵੀ ਇਹੋ ਜਿਹੀ, ਹਾਂ ਵੀ ਇਹੋ ਜਿਹੀ ਗੱਲ ਵੀ ਕਰ ਗਿਆ ਇਹੋ ਜਿਹੀ। ਆਪਾਂ ਗਾਲਬ ਵਾਲੀ ਸੀ ਗੱਲ ਇਹ ਜੀ? ਵਾਹ, ਨਹੀਂ ਵੈਸੇ ਗਾਲਬ ਵਾਲੀ ਨਹੀਂ ਸੀ, ਮੈਂ ਤਾਂ ਵੈਸੇ ਹੀ, ਮੈਨੂੰ ਯਾਦ ਹੈ ਮੈਂ ਕਿਹਾ, ਚਲੋ ਆ ਵੀ ਵਿੱਚ ਪਸਾ ਦਈਏ, ਮੈਂ ਕਿਹਾ ਉਹਨਾਂ ਨੂੰ ਵੀ ਲਿਆਓ। ਤੇ ਜਿਹੜਾ ਜੇ ਉਂਝ ਡਿੱਗਦੀ ਤਾਂ ਚੁੱਕ ਲੈਂਦੇ, ਨਜ਼ਰਾਂ 'ਚੋਂ ਗਿਰ ਗਈ ਕੀ ਕਰ ਗਏ, ਇਹ ਸਰਦੂਲ ਸਿਕੰਦਰ ਹੋਰਾਂ ਨੇ ਗਾਇਆ ਹੋਇਆ ਗੀਤ ਜਿਹੜਾ ਕਿ ਬਹੁਤ ਮਕਬੂਲ ਹੋਇਆ ਸੀ, ਇਹਨੂੰ ਅੱਜ ਵੀ ਲੋਕ ਸੁਣਦੇ ਨੇ ਜਦੋਂ ਵੀ ਉਹ ਮੰਚ ਦੇ ਉੱਤੇ ਜਾਂਦੇ ਨੇ। ਇਹ ਗੱਲ ਸਾਨੂੰ ਉਹਨਾਂ ਨੇ ਇੱਕ ਮੁਲਾਕਾਤ ਦੇ ਵਿੱਚ ਕਹੀ ਸੀ, ਜਿਹੜੀ ਮੁਲਾਕਾਤ ਨੂੰ ਤੁਸੀਂ ਬੇਹੱਦ ਪਿਆਰ ਦਿੱਤਾ ਸੀ। ਇਹ ਲੱਗ ਰਿਹਾ ਤੁਸੀਂ ਚੱਜ ਦਾ ਵਿਚਾਰ ਨਹੀਂ, ਫੁੱਲਾਂ ਭਰੀ ਚੰਗੇਰ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਆਏ ਹੋ, ਇਹ ਸਾਰੇ ਜਾਣਦੇ ਨੇ। ਨਵਜੋਤ ਸਿੰਘ ਸਿੱਧੂ ਦੇ ਬਾਬਤ ਚਰਚੇ ਹਟਦੇ ਨਹੀਂ ਹੁਣ, ਸਿੱਧੂ ਬੋਲਦਾ ਨਹੀਂ ਤੇ ਬਾਕੀ ਹਟਦੇ ਨਹੀਂ। ਅੱਛਾ, ਜਦੋਂ ਬੋਲਦਾ ਸੀ ਸਿੱਧੂ ਉਦੋਂ ਵੀ ਕਈਆਂ ਨੂੰ ਚੁੱਭਦਾ ਸੀ, ਹੁਣ ਜੇ ਨਹੀਂ ਬੋਲਦਾ ਤਾਂ ਵੀ ਕਈਆਂ ਨੂੰ ਚੁੱਭਦਾ। ਬਿਲਕੁਲ, ਉਹਨਾਂ ਦੀ ਭੇਤ ਭਰੀ ਚੁੱਪ ਆ ਜਿਹੜੀ, ਉਹ ਹਰ ਰੋਜ਼ ਕਈ ਕਿਸਮ ਦੇ ਸਵਾਲ ਖੜੇ ਕਰਦੀ ਆ ਜੀ, ਤੇ ਕਈ ਲੋਕ ਨਾ ਬਸ ਅੰਦਾਜ਼ੇ ਲਾ ਰਹੇ ਆ। ਕੋਈ ਕਹਿੰਦਾ ਵੀ ਸਿੱਧੂ ਜਾਵੇਗਾ ਟਕਸਾਲੀ ਦਲ ਦੇ ਵੱਲ, ਹੋਏਗਾ ਨਵਾਂ ਧਮਾਕਾ। ਕੋਈ ਕਹਿੰਦਾ ਸਿੱਧੂ ਜਾਵੇਗਾ ਆਮ ਆਦਮੀ ਪਾਰਟੀ ਦੇ ਵੱਲ, ਹੋਏਗਾ ਨਵਾਂ ਧਮਾਕਾ। ਬਿਲਕੁਲ, ਤੇ ਕੋਈ ਕਹਿੰਦਾ ਜੀ ਭਾਜਪਾ ਦੇ ਪਾਏ ਡੋਰੇ,
ਸਿੱਧੂ ਕੱਢੇਗਾ ਵੱਟ ਤੇ ਕਈਆਂ ਨੂੰ ਪਿਆ ਫਿਕਰ ਤੇ ਕੈਪਟਨ ਹੋਏ ਮਾਯੂਸ ਜੀ, ਕੋਈ ਐ ਲਿਖ ਦਿੰਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਸਿੱਧੂ ਕਿੱਧਰ ਜਾਊ ਕਿੱਧਰ ਨਹੀਂ ਜਾਊ ਇਹ ਤਾਂ ਦੱਸੂਗਾ ਵਕਤ, ਪਰ ਸਿੱਧੂ ਦੀ ਚਰਚਾ ਹਰ ਗਲੀ ਮੋੜ ਦੇ ਉੱਤੇ ਹੋ ਰਹੀ ਹੈ। ਦੇਖੋ ਜਿਵੇਂ ਵੀ ਹੈ ਟਹਿਣਾ ਸਾਹਿਬ, ਜੋ ਅਖਬਾਰਾਂ ਦੇ ਵਿੱਚ ਰੌਣਕਾਂ ਸਿੱਧੂ ਹੋਰੀ ਲਾਉਂਦੇ ਸੀ, ਜੋ ਲੱਗਦੀਆਂ ਸੀ ਉਹਨਾਂ ਦੇ ਬਿਆਨਾਂ ਦਾ ਕਰਕੇ ਰੌਣਕਾਂ, ਕਿਤੇ ਨਾ ਕਿਤੇ ਤਾਂ ਕੁਛ ਤਾਂ ਕਮੀ ਹੈ। ਸਿੱਧੂ ਸਾਹਿਬ ਵੀ ਤਾਂ ਆਪਦੇ ਘਰੇ ਕਹਿੰਦੇ ਹੋਣੇ ਵੀ ਹੁਣ ਮੇਰੀ ਫੜ ਲਓ ਪੂਛ ਜੀ, ਕਹਿੰਦੇ ਹੋਣੇ ਵੀ ਕੈਪਟਨ ਸਾਹਿਬ ਆਹ ਦੇਖੋ ਹੁਣ ਤੁਸੀਂ ਲੈ ਲਓ ਆਦਰਸ਼ ਮੁੱਖ ਮੰਤਰੀ ਬਣ ਕੇ ਵੱਡੇ ਵੱਡੇ ਜੀ। ਬਿਲਕੁਲ ਸਹੀ ਗੱਲ ਹੈ। ਦੇਖੋ ਜਿਵੇਂ ਵੀ ਹੈ, ਉਦੋਂ ਲੋਕ ਕਹਿੰਦੇ ਸੀ ਬਹੁਤ ਬੋਲਦੇ ਨੇ, ਇਹ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ, ਪਰ ਹੁਣ ਕਿਤੇ ਨਾ ਕਿਤੇ ਚੁੱਭਦੀ ਆ ਉਹਨਾਂ ਦੀ। ਬਿਲਕੁਲ, ਪਰ ਨਾ ਪੰਜਾਬ ਦੇ ਵਿੱਚ ਰਾਜਨੀਤਿਕ ਪੈੜ ਹਰਮਨ ਜੀ ਹੁਣੇ ਤੋਂ ਤਿਆਰ ਹੋਣਾ ਸ਼ੁਰੂ ਹੋ ਗਿਆ। ਇਸ ਪਿੰਡ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਆਉਂਦੀ ਹੈ। ਆ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਮੁੱਕਿਆ ਜੀ, ਉਸ ਦਿਨ ਤਾਂ ਜੋ ਜੋ ਕੁਝ ਹੋਇਆ ਆਖਰੀ ਦਿਨ ਆਪਾਂ ਸਾਂਝਾ ਕੀਤਾ ਹੀ ਸੀਗਾ ਜੀ, ਪਰ ਉਸ ਤੋਂ ਬਾਅਦ ਗੱਲਾਂ ਚੱਲ ਪਈਆਂ, ਫਲਾਣੇ ਨੇ ਫਲਾਣੇ ਨੂੰ ਗਾਲ ਕੱਢੀ। ਗਾਲ ਕੱਢਣੀ ਮਾੜੀ ਗੱਲ ਹੈ ਬਾਈ, ਗਾਲ ਆਪਾਂ ਕਾਹਤੋਂ ਕੱਢਦੇ ਹਾਂ, ਆਪਾਂ ਕਿਹੜਾ ਗਾਉਣ ਵਾਲੇ ਹਾਂ, ਵੀ ਅੱਜ ਕੱਲ੍ਹ ਗਾਲਾਂ ਹੀ ਵਰਤਾਈ ਜਾਂਦੇ ਹਾਂ ਤੇ ਗਾਲਾਂ ਦੇ ਨਾਲ ਹੀ ਆਪਦੇ ਪ੍ਰੋਗਰਾਮ ਲਾਈ ਜਾਂਦੇ ਹਾਂ। ਪਰ ਇੱਕ ਗੱਲ ਹੋਰ ਆ ਜੀ ਕਿ ਜਿਸ ਤਰੀਕੇ ਦੇ ਨਾਲ ਨਾ ਭਗਵੰਤ ਮਾਨ ਹੋਰੀ ਸਰਗਰਮਾ, ਜਿਵੇਂ ਦਿੱਲੀ ਤੋਂ ਜਰਨੈਲ ਸਿੰਘ ਨੂੰ ਇੱਥੇ ਲਿਆਂਦਾ ਗਿਆ, ਜਿਸ ਤਰੀਕੇ ਦੇ ਨਾਲ ਟਕਸਾਲੀ ਕਹਿੰਦੇ ਵੀ ਅਸੀਂ ਪਟਾਕੇ ਪਾਉਣੇ ਆ, ਜਿਵੇਂ ਅਕਾਲੀ ਦਲ ਰੋਸ ਰੈਲੀਆਂ ਤੇ ਰੋਸ ਰੈਲੀਆਂ ਕਰੀ ਜਾਂਦੇ ਆ, ਜਿਸ ਤਰੀਕੇ ਨਾਲ ਮਨਜੀਤ ਸਿੰਘ ਜੀਕੇ ਵੀ ਸਰਗਰਮ ਹੋਇਆ ਫਿਰਦਾ, ਜਿਵੇਂ ਇੱਥੇ ਢੀਂਡਸਾ ਪਿਓ ਪੁੱਤ ਆ ਜਿਹੜੇ ਉਹ ਵੀ ਨਿੱਤ ਨਵੀਂ ਖਬਰ ਕੱਢ ਮਾਰਦੇ ਆ, ਲੱਗਦਾ ਵੀ 2022 ਤੋਂ ਪਹਿਲਾਂ ਪਹਿਲਾਂ ਬੜਾ ਕੁਝ ਵੰਡੀਆਂ ਦੇ ਰੂਪ ਚ ਹੋਣਾ, ਬੜਾ ਕੁਝ ਇਕੱਠੇ ਹੋਣ ਦੇ ਰੂਪ ਦੇ ਵਿੱਚ ਹੋਣਾ, ਬੜਾ ਕੁਝ ਨਵਾਂ ਦੇਖਣ ਨੂੰ ਮਿਲੂਗਾ ਇਸਕੀ। ਟਣਾ ਸਾਹਿਬ ਗੱਲ ਇਹ ਹੈ ਵੀ ਮੈਨੂੰ ਲੱਗਦਾ ਵੀ ਹੈ ਤੇ ਨਹੀਂ ਵੀ ਲੱਗਦਾ, ਕਿਉਂਕਿ ਇਹ ਹੁਣ ਹੋਣੀ ਹੈ, ਕੋਈ ਲੜੀ ਜਾਂਦਾ ਹੈ, ਕੋਈ ਭਿੜੀ ਜਾਂਦਾ ਹੈ, ਕੋਈ ਇਕੱਠਾ ਹੋਈ ਜਾਂਦਾ, ਕੋਈ ਅੱਡ ਹੋਈ ਜਾਂਦਾ ਹੈ। ਇਹ ਤੁਸੀਂ ਵੇਖਿਓ 2022 ਦੀਆਂ ਜਦੋਂ ਚੋਣਾਂ ਹੋਈਆਂ ਤੇ ਉਦੋਂ ਸਭ ਕੁਝ ਪਹਿਲਾਂ ਵਰਗਾ ਹੀ ਹੋ ਜਾਣਾ, ਕਿਉਂਕਿ ਜਦੋਂ ਵੋਟਾਂ ਦੀ ਗੱਲ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਆਪਾਂ ਪਿਛਲੇ ਦਿਨੀ ਵਿਧਾਨ ਸਭਾ ਜੀ ਜਦੋਂ ਗੱਲ ਕਰ ਰਹੇ ਸੀ, ਜਦੋਂ ਸੈਸ਼ਨ ਲੱਗਿਆ ਸੀ ਉਦੋਂ ਉੱਥੇ ਤਾਂ ਗਾਲੋ ਗਾਲੀ ਵੀ ਹੋਏ, ਧੱਕਾ ਮੁੱਕੀ ਵੀ ਹੋਏ, ਤੇ ਮੁੜ ਕੇ ਜਿਹੜਾ ਦੁਪਹਿਰ ਦਾ ਭੋਜਨ ਉਹ ਇਕੱਠੇ ਕਰਦੇ ਹੁੰਦੇ ਨੇ। ਸੋ ਰਾਜਨੀਤੀਵਾਨਾਂ ਨੂੰ ਸਮਝ ਪਾਉਣਾ ਮੈਨੂੰ ਲੱਗਦਾ ਸਭ ਤੋਂ ਔਖਾ ਕੰਮ ਹੈ। ਰਾਜਨੀਤੀ ਸਭ ਤੋਂ ਟੇਢੀ ਖੀਰ ਹੈ, ਇਹ ਕਿਸੇ ਆਮ ਬੰਦੇ ਦੀ ਸਮਝ ਆ ਨਹੀਂ ਸਕਦੀ। ਜੋ ਅਸੀਂ ਸੋਚਦੇ ਹਾਂ ਜਿੱਥੇ ਸਾਡੀ ਸੋਚ ਮੁੱਕਦੀ ਹੈ ਉੱਥੋਂ ਤਾਂ ਇਹ ਲੋਕ ਸੋਚਣਾ ਸ਼ੁਰੂ ਕਰਦੇ ਨੇ। ਬਿਲਕੁਲ, ਤੇ ਅਸੀਂ ਵੀ ਥੋੜਾ ਜਿਹਾ ਸਿਰ ਤੋਂ ਕੰਮ ਲੱਗੇ ਜੀ। ਸਾਰੇ ਰਾਜਨੀਤਿਕ ਲੋਕਾਂ ਦੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਰਿਸ਼ਤੇ ਆ, ਇਹ ਦੁੱਖ ਸੁੱਖ ਦੇ ਮੌਕੇ ਜਾਂਦੇ ਆ ਜੀ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਇੱਕ ਥਾਂ ਤੇ ਗਏ, ਮੂਹਰੋਂ ਮਨਜੀਤ ਸਿੰਘ ਜੀਕੇ ਆ ਗਏ, ਦੋਵਾਂ ਨੇ ਘੁੱਟ ਕੇ ਗਲਵੱਕੜੀ ਪਾਈ ਆ, ਇੰਨੀ ਘੁੱਟ ਕੇ ਗਲਵੱਕੜੀ ਪਾਈ ਆ ਵੀ ਪੁੱਛੋ ਹੀ ਕੁਛ ਨਾ। ਚਲੋ ਸਾਨੂੰ ਇਹਦੇ ਉੱਤੇ ਕੋਈ ਦੁੱਖ ਨਹੀਂ ਗਾ, ਵਧੀਆ ਗੱਲ ਆ, ਗਲਵੱਕੜੀ ਪਾਉਣੀ ਚਾਹੀਦੀ ਆ, ਪਰ ਜਿਹੜੇ ਵੰਡੇ ਹੋਏ ਆ ਉਹ ਕਹਿੰਦੇ ਵੀ ਅਸੀਂ ਤਾਂ ਜੀਕੇ ਦੇ ਸਮਰਥਕ ਆ, ਅਸੀਂ ਤਾਂ ਸੁਖਬੀਰ ਦੇ ਸਮਰਥਕ ਆ। ਇੱਥੇ ਮੈਂ ਇੱਕ ਚੀਜ਼ ਹੋਰ ਜ਼ਰੂਰ ਦਰਜ ਕਰਨਾ ਚਾਹੁੰਦੀ ਆ, ਇੱਕ ਦਿਨ ਮੈਂ ਇੱਕ ਸੂਚੀ ਪੜ੍ਹ ਰਹੀ ਸੀ, ਜਿਹੜੇ ਲੋਕ ਧਰਮ ਦੇ ਨਾਂ ਦੇ ਉੱਤੇ ਸਭ ਤੋਂ ਵੱਧ ਰੌਲਾ ਪਾਉਂਦੇ ਨੇ, ਜਿਹੜੇ ਲੋਕ ਹਮੇਸ਼ਾ ਧਰਮ 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 ਗੱਲ ਕਰਦੇ ਨੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਦੂਸਰੇ ਧਰਮਾਂ ਦੇ ਵਿੱਚ ਨੇ, ਇਹ ਸਾਨੂੰ ਪਤਾ ਨਹੀਂ ਹੁੰਦਾ। ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ, ਪਰ ਇਹ ਲੋਕ ਸਾਨੂੰ ਧਰਮਾਂ ਦੇ ਨਾਂ ਤੇ ਵੰਡਦੇ ਨੇ ਤੇ ਆਪ ਫੇਰ ਮਿਲਦੇ ਨੇ ਤੇ ਇਕੱਠੇ ਤਿਉਹਾਰ ਮਨਾਉਂਦੇ ਨੇ। ਬਿਲਕੁਲ ਸਹੀ ਗੱਲ ਆ। ਹਰਮਨ ਜੀ, ਮਨੁੱਖ ਦੀਆਂ ਲੋੜਾਂ ਕੀ ਕੀ ਆ? ਮਨੁੱਖ ਦੀਆਂ ਲੋੜਾਂ ਰੋਟੀ, ਕੱਪੜਾ, ਮਕਾਨ ਜੀ ਜੀ, ਤੇ ਉਸ ਤੋਂ ਬਾਅਦ ਇਲਾਜ ਦੀ ਜੇਕਰ ਸਹੂਲਤ ਮਿਲ ਜੇ ਜੀ। ਉਹ ਤਾਂ ਚਲੋ, ਇਲਾਜ ਦੀ ਸਹੂਲਤ ਚਾਹੀਦੀ ਹੈ, ਪੜ੍ਹਾਈ ਲਿਖਾਈ ਚਾਹੀਦੀ ਹੈ, ਫਿਰ ਹੋਰ ਕਈ ਚੀਜ਼ਾਂ ਨੇ ਇਦਾਂ ਤਾਂ। ਪਰ ਜੇਕਰ ਸਮੇਂ ਦੀਆਂ ਸਰਕਾਰਾਂ ਸਾਰਾ ਕੁਝ ਮੁਫਤ ਦੇ ਵਿੱਚ ਦਿੰਦੀਆਂ ਹੋਣ ਤਾਂ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ? ਹੈ, ਬੰਦਾ ਕਿਰਤ ਤਾਂ ਕਰਦਾ, ਬੰਦਾ ਕੰਮ ਤਾਂ ਕਰਦਾ ਕਿਉਂਕਿ ਤੁਹਾਡੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਜੀ। ਲੋੜਾਂ ਪੂਰੀਆਂ ਕਰਨ ਦੇ ਲਈ ਤੁਸੀਂ ਕੰਮ ਕਰਦੇ ਹੋ, ਜੇ ਤੁਹਾਨੂੰ ਘਰੇ ਬੈਠਿਆਂ ਨੂੰ ਚਾਹ ਪੱਤੀ ਮਿਲੇ, ਜੇ ਤੁਹਾਨੂੰ ਘਰੇ ਬੈਠਿਆਂ ਨੂੰ ਦੇਸੀ ਘਿਓ ਮਿਲ ਜੇ, ਤੁਹਾਨੂੰ ਘਰੇ ਬੈਠਿਆਂ ਨੂੰ ਖੰਡ ਮਿਲ ਜੇ, ਤੁਹਾਨੂੰ ਘਰੇ ਬੈਠਿਆਂ ਨੂੰ ਆਟਾ ਦਾਲ ਮਿਲ ਜੇ, ਤੁਹਾਨੂੰ ਬਿਜਲੀ ਦੀਆਂ ਯੂਨਿਟਾਂ ਮੁਫਤ ਮਿਲ ਜਾਣ, ਤੁਹਾਨੂੰ ਮੋਬਾਈਲ ਫੋਨ ਮਿਲ ਜੇ, ਤੁਸੀਂ ਕੰਮ ਕਰੋਗੇ? ਨਹੀਂ, ਔਖਾ ਨਾ ਕੰਮ? ਤੁਸੀਂ ਕਹੋਗੇ ਵੀ ਹੁਣ ਸਕੂਟਰੀ 'ਚ ਮਾੜਾ ਮੋਟਾ ਤੇਲ ਵੀ ਪਵਾ ਦਿਆ ਕਰੋ, ਕੋਈ ਗੇੜਾ ਹੀ ਰਹਿ ਗਿਆ ਹੁਣ ਤਾਂ ਲਾਉਣ ਵਾਲਾ, ਸਿਲੰਡਰ ਵੀ ਲਾ ਦਿਆ ਕਰੋ, ਉਹ ਵੀ ਹੌਲੀ ਹੌਲੀ ਤਾਂ ਲੈ ਦੇਣਗੇ, ਜਿਨ੍ਹਾਂ ਨੇ ਇੰਨਾ ਕੁਛ ਲੈ ਕੇ ਦਿੱਤਾ ਉਹ ਹੀ ਕਿਉਂ ਨਾ ਲੈ ਕੇ ਦੇਣਗੇ। ਬਿਲਕੁਲ, ਉਦੋਂ ਨੂੰ ਚੋਣਾਂ ਸਿਰ ਤੇ ਆ ਹੀ ਜਾਣਗੀਆਂ, ਜਿਹੜੀਆਂ ਚੀਜ਼ਾਂ 5-7 ਰਹਿਣਗੀਆਂ ਉਹ ਤੁਹਾਨੂੰ ਉਹ ਦੇ ਦੇਣਗੇ, ਸਿਰ ਦੁਖਦੇ ਦੀ ਗੋਲੀ ਚਾਹੀਦੀ ਆ ਜੀ, ਤੇ ਬਾਕੀ ਜਿਹੜੇ ਤੁਹਾਡੇ ਵਾਲਾਂ ਨੂੰ ਰੰਗ ਰੂੰਗ ਕਰਾਉਣ ਵਾਲਾ ਜਿਹੜਾ ਸਿਲਸਿਲਾ, ਫੇਰ ਕਿਉਂ ਸਿਰ ਦੁਖੂਗਾ? ਸਾਰਾ ਕੁਝ ਤਾਂ ਮਿਲ ਜਾਣਾ, ਕਿਤੇ ਜਾ ਕੇ ਦਿਮਾਗ ਜਿਹੜਾ ਖਪਾਉਣਾ ਨਹੀਂ ਪੈਣਾ, ਫੇਰ ਕਿਉਂ ਸਿਰ ਦੁਖੂਗਾ? ਚਲੋ, ਮਾੜਾ ਮੋਟਾ ਰੰਗ ਦੇ ਦੇਣਗੇ ਵੀ ਵਾਲਾਂ ਨੂੰ ਲਾਉਣਾ ਹੁੰਦਾ, ਕਈ ਚੀਜ਼ਾਂ ਹੋਰ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਇਹ ਲੋੜੀਂਦੀਆਂ ਹੁੰਦੀਆਂ ਮਨੁੱਖ ਦੇ ਲਈ। ਪਰ ਗੱਲ ਅਸਲ ਦੇ ਵਿੱਚ ਇਹ ਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਹੋ ਰਹੀਆਂ ਜੀ, ਉਹਨਾਂ ਨੇ ਪਿਛਲੇ ਦਿਨੀ ਇੱਕ ਗੱਲ ਕਹੀ ਹੈ, ਉਹ ਕਹਿੰਦੇ ਵੀ ਆਗਾਮੀ ਸੀਜ਼ਨ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਚਾਹ ਪੱਤੀ, ਖੰਡ ਤੇ ਦੇਸੀ ਘਿਓ ਤੇ ਬਾਕੀ ਜਿਹੜੀਆਂ ਚੀਜ਼ਾਂ ਕਹੀਆਂ ਸੀਗੀਆਂ ਉਹ ਦੇਣੀਆਂ ਸ਼ੁਰੂ ਕਰ ਦੇਣੀਆਂ, ਬੇਫਿਕਰ ਰਹੋ। ਕੀਤੇ ਹੋਏ ਵਾਅਦਿਆਂ ਸਿਰਫ ਇਹੀ ਸੀ? ਨੇ, ਕੀਤੇ ਹੋਏ ਵਾਅਦਿਆਂ ਦੇ ਵਿੱਚ ਬਹੁਤ ਕੁਝ ਸੀ, ਤੇ ਫਿਰ ਉਹਨਾਂ ਵੱਲ ਕਿਉਂ ਨਹੀਂ ਧਿਆਨ ਜਾ ਰਿਹਾ? ਜਿਹੜੀਆਂ ਅਸੀਂ ਮੁਫਤ ਦੇ ਪਾ ਦੇਣੀਆਂ, ਤੇ ਇਸ ਤੋਂ ਪਹਿਲਾਂ ਆਪਾਂ ਮੋਬਾਈਲਾਂ ਦੀ ਗੱਲ ਵੀ ਕੀਤੀ,
ਤੇ ਲੋਕ ਮੁਫਤ ਖੋਰੇ ਬਣ ਕੇ ਰਾਜ਼ੀ ਆ, ਇਹ ਵੀ ਗੱਲ ਜੀ। ਮੈਨੂੰ ਉਹ ਕਬੂਤਰਾਂ ਵਾਲੀ ਗੱਲ ਯਾਦ ਆ ਗਈ ਟਾਣਾ ਸਾਹਿਬ, ਪਤਾ ਨਹੀਂ ਤੁਸੀਂ ਮੈਨੂੰ ਸੁਣਾਈ ਸੀ ਜਾਂ ਕਿਸੇ ਹੋਰ ਨੇ, ਵੀ ਜਦੋਂ ਇੱਕ ਵਿਦੇਸ਼ ਦੇ ਵਿੱਚ ਜਾ ਕੇ ਤੇ ਇੱਕ ਬੀਬੀ ਜਿਹੜੀ ਰੋਜ਼ ਕਬੂਤਰਾਂ ਨੂੰ ਦਾਣਾ ਪਾਉਂਦੀ ਸੀ, ਇੱਕ ਗੋਰੇ ਨੇ ਵੇਖਿਆ ਤੇ ਉਹਨੇ ਟੋਕ ਦਿੱਤਾ, ਤੇ ਜਦੋਂ ਦੂਸਰੇ ਬੰਦੇ ਨੇ ਪੁੱਛਿਆ ਵੀ ਟੋਕਿਆ ਕਿਉਂ, ਤੇ ਉਹ ਕਹਿੰਦਾ ਵੀ ਇਹ ਸਾਡੇ ਮੁਲਕ ਦੇ ਕਬੂਤਰਾਂ ਨੂੰ ਵਿਹਲੜ ਬਣਾ ਰਹੀ ਹੈ, ਇਹ ਜੇ ਇਸੇ ਤਰ੍ਹਾਂ ਹਰ ਰੋਜ਼ ਦਾਣਾ ਪਾਉਂਦੀ ਰਹੇਗੀ ਤੇ ਜਿਸ ਦਿਨ ਇਹ ਬੀਬੀ ਨਹੀਂ ਆਏਗੀ ਦਾਣਾ ਪਾਉਣ ਦੇ ਲਈ, ਇਹ ਕਬੂਤਰ ਭੁੱਖੇ ਮਰ ਜਾਣਗੇ, ਕਿਉਂਕਿ ਤਦ ਤੱਕ ਇਹਨਾਂ ਨੂੰ ਆਪ ਦਾਣਾ ਲੱਭਣ ਦੀ ਜਿਹੜੀ ਕਲਾ ਹੈ ਉਹ ਭੁੱਲ ਜਾਣਗੇ, ਹੈ ਨਾ। ਸੋ ਇਸੇ ਤਰੀਕੇ ਨਾਲ ਸਾਨੂੰ ਲੋਕਾਂ ਨੂੰ ਇਹ ਸਰਕਾਰਾਂ ਵਿਹਲੜ ਬਣਾ ਰਹੀਆਂ ਨੇ, ਜੇ ਅਸੀਂ ਵਿਹਲੇ ਰਵਾਂਗੇ ਨਾ ਇਹਨਾਂ ਤੋਂ ਕੁਛ ਪੁੱਛਾਂਗੇ ਨਾ ਮੰਗਾਂਗੇ, ਨਾਲੇ ਇਹਨਾਂ ਦੇ ਅਹਿਸਾਨ ਤਲੇ ਇੰਨਾ ਜ਼ਿਆਦਾ ਦੱਬ ਜਾਵਾਂਗੇ ਕਿ ਸਾਡੀ ਆਵਾਜ਼ ਹੀ ਨਹੀਂ ਨਿਕਲੂਗੀ, ਅਸੀਂ ਪੁੱਛਣ ਦਾ ਹੱਕ ਹੀ ਗਵਾ ਬੈਠਾਂਗੇ। ਸੋ ਇਹ ਸਾਨੂੰ ਸਿਰ ਤੋਂ ਕੰਮ ਲੈਣ ਦੀ ਲੋੜ ਹੈ ਵੀ ਅਸੀਂ ਫੋਨਾਂ ਦੀ ਥਾਂ 'ਤੇ ਰੁਜ਼ਗਾਰ ਮੰਗੀਏ, ਅਸੀਂ ਇਹ ਮੁਫਤ ਦੀਆਂ ਚੀਜ਼ਾਂ ਦੀ ਥਾਂ ਦੇ ਉੱਪਰ ਇਹਨਾਂ ਨੂੰ ਕਹੀਏ ਵੀ ਸਾਨੂੰ ਰੁਜ਼ਗਾਰ ਦਿਓ, ਤੁਸੀਂ ਅਸੀਂ ਆਪ ਖਰੀਦ ਲਾਂਗੇ ਜੋ ਵੀ ਸਾਨੂੰ ਚੀਜ਼ ਚਾਹੀਦੀ ਹੈ। ਪਰ ਜੇਕਰ ਅਸੀਂ ਰੁਜ਼ਗਾਰ ਮੰਗਾਂਗੇ ਫਿਰ ਸਾਨੂੰ ਕੰਮ 'ਤੇ ਜਾਣਾ ਪੈਣਾ, ਫਿਰ ਸਾਨੂੰ ਮੁਸ਼ਕਤ ਕਰਨੀ ਪੈਣੀ ਆ। ਅਸੀਂ ਤਾਂ ਇਸ ਕਦਰ ਮੁਫਤ ਖੋਰੇ ਬਣ ਗਏ ਆ ਵੀ ਸਾਨੂੰ ਕੋਈ ਵੀ ਚੀਜ਼ ਮਿਲ ਜੇ ਮੁਫਤ ਦੇ ਵਿੱਚ ਉਹ ਚੱਕ ਕੇ ਅਸੀਂ ਜੇਬ ਦੇ ਵਿੱਚ ਪਾ ਲੈਣੀ ਜਾਂ ਉਹ ਅਸੀਂ ਖਾ ਲੈਣੀ ਆ, ਭਾਵੇਂ ਉਹ ਸਾਡੇ ਲਈ ਕਿੰਨੀ ਵੀ ਨੁਕਸਾਨਦਾਇਕ ਕਿਉਂ ਨਾ ਹੋਵੇ। ਇਸ ਗੱਲ ਦਾ ਸਾਨੂੰ ਬੇਹੱਦ ਦੁੱਖ ਵੀ ਹੁੰਦਾ, ਇਸ ਗੱਲ ਦੇ ਉੱਤੇ ਚਰਚਾ ਬਹੁਤ ਘੱਟ ਹੁੰਦੀ ਆ, ਤੇ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੋਰ ਵੀ ਆ ਕਿ ਪੰਜਾਬੀਆਂ ਦਾ ਕੋਈ ਵਰਗ, ਪੰਜਾਬੀਆਂ ਦੀ ਕੋਈ ਜਥੇਬੰਦੀ, ਪੰਜਾਬੀਆਂ ਦੀ ਕੋਈ ਸੰਸਥਾ, ਕੋਈ ਕਲੱਬ ਇਹੋ ਜਿਹਾ ਨਹੀਂ ਜਿਹਦੇ 2-4, 500, 700 ਲੋਕਾਂ ਨੇ ਇਕੱਠੇ ਹੋ ਕੇ ਵੱਖ ਵੱਖ ਮੰਤਰੀਆਂ ਦੇ ਪ੍ਰਤੀ, ਸਰਕਾਰ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਆ ਉਹਨਾਂ ਦੇ ਪ੍ਰਤੀ ਇਹ ਗੱਲ ਕਹੀ ਹੋਵੇ ਵੀ ਸਾਨੂੰ ਬਿਲਕੁਲ ਨਹੀਂ ਚਾਹੀਦੇ ਮੋਬਾਈਲ ਫੋਨ, ਆਪਦੇ ਮੋਬਾਈਲ ਆਪਦੇ ਕੋਲ ਰੱਖੋ, ਅਸੀਂ ਕਮਾਈ ਕਰਨੀ ਜਾਣਦੇ, ਸਾਨੂੰ ਕਮਾਈ 'ਤੇ ਲਾਓ, ਸਾਨੂੰ ਰੁਜ਼ਗਾਰ ਦਿਓ, ਅਸੀਂ ਆਪੇ ਮੋਬਾਈਲ ਲੈ ਲਾਂਗੇ। ਪਰ ਅਸੀਂ ਕਹਿੰਦੇ ਵੀ ਆਉਣ ਦਿਓ, ਸਾਡਾ ਮੋਬਾਈਲ ਨਹੀਂ ਆਇਆ, ਸਾਡੀ ਖੰਡ ਨਹੀਂ ਆਈ, ਸਾਡਾ ਘਿਓ ਨਹੀਂ ਆਇਆ, ਸਾਡੀ ਪੱਤੀ ਨਹੀਂ ਆਈ, ਅਗਲੀ ਵਾਰੀ ਕਹਾਂਗੇ ਸਾਨੂੰ ਇੱਕ ਬੱਕਰੀ ਦੇ ਦਿਓ, ਫਿਰ ਕਹਾਂਗੇ ਸਾਨੂੰ ਚੌਲ ਵੀ ਦੇ ਦਿਆ ਕਰੋ, ਫਿਰ ਕਹਾਂਗੇ ਜੀ ਹੁਣ ਤਾਂ ਬਸ ਸਾਰਾ ਕੁਝ ਹੋ ਗਿਆ, ਪੈਟਰੋਲ ਵੀ ਦੇ ਦਿਆ, ਪੈਟਰੋਲ ਵੀ ਦੇ ਦਿਓ, ਦੋ ਦੋ ਮੰਜੇ ਦੇ ਦਿਓ, ਖਾ ਪੀ ਕੇ ਢਿੱਡ ਤੇ ਹੱਥ ਫੇਰ ਕੇ ਆਪਾਂ ਸੌਂ ਜਾ ਕਰਾਂਗੇ, ਗੱਲ ਖਤਮ। ਟਾਣਾ ਸਾਹਿਬ, ਜੇ ਜੇਬ ਹੋਵੇ ਕਿਸੇ ਹੋਰ ਦੀ ਤੇ ਤੁਹਾਨੂੰ ਕਿਹਾ ਜਾਏ ਵੀ ਕੋਈ ਚੱਕਰ ਨਹੀਂ, ਜਹਾਜ਼ 'ਚ ਬੈਠੋ ਤੇ ਘੁੰਮੋ ਪੂਰੀ ਦੁਨੀਆ, ਕਿੰਨਾ ਮਨ ਖੁਸ਼ ਹੋਊਗਾ? ਬੜਾ ਨਹੀਂ, ਕਿਉਂ 2-4, 5 ਦਿਨ 10 ਦਿਨ ਤਾਂ ਮੈਂ ਜਾ ਸਕਦਾ, ਪਰ ਮੈਂ ਇਸੇ ਕੰਮ ਲਈ ਥੋੜੀ ਜੰਮਿਆ। ਤੁਸੀਂ ਫਿਰ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ? ਮੈਂ ਨਹੀਂ ਬਣਨਾ ਬੁਣਨਾਗਾ, ਕਿਉਂਕਿ ਦੇਖੋ ਗੱਲ ਇਹ ਹੈ ਵੀ ਮੈਨੂੰ ਤਾਂ ਐਂ ਲੱਗਦਾ ਹੁੰਦਾ, ਪਹਿਲਾਂ ਵੀ ਉਹੀ ਲੱਗਦਾ ਸੀ ਕਿ ਮੋਦੀ ਹੋਰ ਨਾ ਸ਼ਾਇਦ ਪ੍ਰਧਾਨ ਮੰਤਰੀ ਬਣੇ ਹੀ ਤਾਂ ਆਇਆ ਵੀ ਮੈਂ ਆਪਣੇ ਸ਼ੌਂਕ ਜਿਹੜੇ ਬਚਪਨ ਦੇ ਪੂਰੇ ਕਰ ਸਕਾਂ, ਪੂਰੀ ਦੁਨੀਆ ਘੁੰਮ ਸਕਾਂ। ਦੇਖੋ ਮੋਦੀ ਸਾਹਿਬ ਦੇ ਬਾਬਤ ਇੱਕ ਅੰਕੜਾ ਜਾਰੀ ਹੋਇਆ ਜੀ ਕਿ 5 ਵਰਿਆਂ ਦੇ ਵਿੱਚ ਇਹਨਾਂ ਦੇ ਉਡਾਣਾਂ ਦੇ ਉੱਤੇ, ਇਹਨਾਂ ਦੇ ਵਿਦੇਸ਼ੀ ਦੌਰਿਆਂ ਦੇ ਉੱਤੇ ਵਿੱਚ ਜਿਹੜੇ ਉਹ ਚਾਰਟਰਡ ਪਲੇਨ ਨਹੀਂ ਹੁੰਦੇ ਗੇ, ਜਿਹੜਾ ਨਿੱਜੀ ਆਪਣਾ ਪਲੇਨ ਹੁੰਦਾ, ਉਹਨਾਂ ਦਾ ਖਰਚਾ ਵੀ ਪਾ ਕੇ ਤੇ ਇਹ ਬਹੁਤ ਮਹਿੰਗਾ ਪੈ ਜਾਂਦਾ ਜੀ। ਸੋ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਕੁਪੋਸ਼ਣ ਦੇ ਸ਼ਿਕਾਰ ਲੋਕ ਹੈ, ਜਿੱਥੇ ਸਿਹਤ ਸਹੂਲਤਾਂ ਨੂੰ ਤਰਸਦੇ ਲੋਕ ਹੈ, ਜਿੱਥੇ ਸੜਕਾਂ ਦੀ ਹਾਲਤ ਮੰਦੀ ਹੈ, ਜਿੱਥੇ ਲੋਕ ਰੋਜ਼ਮਰ੍ਹਾ ਦੀਆਂ ਲੋੜਾਂ ਦੇ ਲਈ ਤਰਸਦੇ ਆ, ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਦੌਰੇ ਤੇ 1,000,000,000 ਰੁਪਏ ਖਰਚ ਦੇਣੇ, ਉਹਨਾਂ ਦੀ ਚਰਚਾ ਵੀ ਛਿੜੀ ਹੈ ਤੇ ਖਬਰਾਂ ਵੀ ਬੜੀਆਂ, ਜਿਹਦਾ ਲਾਭ ਲੋਕਾਂ ਨੂੰ ਬਿਲਕੁਲ ਨਾ ਹੋਵੇ, ਹਾਲੇ ਤੱਕ ਨਹੀਂ ਹੋਇਆ। ਬਾਕੀ ਮਹਾਰਾਜ ਜਾਣਦਾ ਵੀ ਕੀ ਪਤਾ ਕੀ ਉਹ ਕੱਢ ਲਿਆਉਣ। ਦੇਖੋ ਨਾ ਗੱਲਾਂ ਤਾਂ, ਉਹ ਪ੍ਰਧਾਨ ਮੰਤਰੀ ਸਾਹਿਬ ਆ ਉਹ ਐਵੇਂ ਨਹੀਂ, ਉਹ ਜਾਗਰ ਛਿੰਦਾ ਬਿੰਦਾ ਨਹੀਂ ਗੇ, ਉਹ ਸ਼੍ਰੀ ਨਰਿੰਦਰ ਮੋਦੀ ਨੇ ਜੀ, ਉਹਨਾਂ ਨੂੰ ਪਤਾ ਸਭ ਕਿ ਦੇਸ਼ ਦੇ ਲਈ ਕੀ ਕੀ ਕਿੱਥੋਂ ਕਿੱਥੋਂ ਕੱਢ ਕੇ ਲਿਆਉਣਾ। ਠੀਕ ਹੋ? ਹਾਂਜੀ, ਦੱਸਾਂ ਮੈਂ ਅੰਕੜੇ ਜੀ। ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੇ ਉੱਪਰ ਹੁਣ ਤਾਂ ਹੀ ਕਹਿੰਦੇ ਕਿ 446.52 ਕਰੋੜ, ਯਾਨੀ ਮਤਲਬ 446 ਕਰੋੜ ਤੋਂ ਵੱਧ ਪੈਸੇ ਆ, 447 ਕਰੋੜ ਤਕਰੀਬਨ ਖਰਚਤਾ ਜੀ। ਤੇ ਉਸ ਤੋਂ ਬਾਅਦ ਜੇ 2015-16 ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ 121.85, ਯਾਨੀ 122 ਹੀ ਲਾ ਲਓ, ਲਗਭਗ 122 ਲਾ ਲਓ ਜੀ। 2016-17 ਦੇ ਵਿੱਚ 78.5 ਕਰੋੜ ਰੁਪਿਆ ਜੀ, ਤੇ ਉਸ ਤੋਂ ਬਾਅਦ 2017-18 ਦੇ ਵਿੱਚ 99.90, ਯਾਨੀ ਕਿ ਤਕਰੀਬਨ 100 ਹੀ ਲਾ ਲਓ। ਤੁਸੀਂ ਨਾ ਕਰੋੜ ਵੀ ਕਹਿ ਰਿਹਾ ਕਰੋ, ਰਾਮਾ ਮੰਡੀ ਨਹੀਂ ਗਏ ਬਈ, 99.90 ਇੰਨੇ ਵੀ 100 ਹੀ ਲਾ ਲਓ, ਕਰੋੜ ਹੀ ਅੱਗੇ 100 ਕਰੋੜ ਰੁਪਿਆ ਜੀ। ਹਾਂ, 18-19 ਦੇ ਵਿੱਚ ਪੂਰਾ 100 ਕਰੋੜ, ਅੱਛਾ, ਉਹ ਕਰਤਾ ਉਹਨਾਂ ਨੇ ਨਾ, ਜਿਹੜੇ 10 ਲੱਖ ਉਧਰ ਘਟਦੇ ਸੀ ਉਧਰ ਪੂਰੇ ਕਰ ਦਿੱਤੇ। ਤੇ ਉਸ ਤੋਂ ਬਾਅਦ ਵਿੱਚ ਤੇ 19-20 ਦੇ ਵਿੱਚ 46.23 ਕਰੋੜ, ਯਾਨੀ 46.5 ਕਰੋੜ ਰੁਪਇਆ ਜਿਹੜਾ। ਸੋ ਇਹ ਕੁੱਲ ਮਿਲਾ ਕੇ ਜਿਹੜਾ ਜਦੋਂ ਇਹਨੂੰ ਆਪਾਂ ਕਹਿ ਲਓ ਗੁਣਾ ਘਟਾਓ ਕਰਦੇ ਹਾਂ ਤੇ ਇਹ ਬਣਦਾ 446.52 ਕਰੋੜ। ਇਹ ਕੇਂਦਰੀ ਮੰਤਰੀ ਸਾਹਿਬ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਅੰਕੜੇ ਆ, ਵੇਰਵੇ ਆ ਜੀ, ਬਿਲਕੁਲ ਸਹੀ। ਸੋ ਇੰਨਾ ਘੁੰਮ ਲਿਆ ਪ੍ਰਧਾਨ ਮੰਤਰੀ ਹੋਰਾਂ ਨੇ। ਠੀਕ ਆ ਫਿਰ ਜੀ, 446 ਕਰੋੜ ਹੁੰਦੇ ਵੀ ਕੀ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਸਾਡੇ ਦੇਸ਼ ਵਰਗੀ ਜਿਹੜੀ ਅਮੀਰੀ ਆ, ਸਾਡੇ ਦੇਸ਼ ਵਰਗਾ ਸਾਧਨ ਸੰਪੰਨ ਮੁਲਕ, ਸਾਡੇ ਦੇਸ਼ ਵਰਗੇ
ਜਿਹੜੇ ਉਹ ਲੋਕ ਜਿਹੜੇ ਕਿ ਜਨ ਧਨ ਖਾਤਿਆਂ ਨਾਲ ਜੁੜੇ ਹੋਏ ਆ। ਬਿਲਕੁਲ, ਜੇ ਤਾਂ ਹੀ ਤਾਂ ਸਾਡੇ ਦੇਸ਼ ਦੇ ਵਿੱਚੋਂ ਕਦੀ ਵਿਜੇ ਮਾਲਿਆ ਹੋਰਾਂ ਦਾ ਨਾਂ ਆ ਜਾਂਦਾ ਹੈ, ਕਦੀ ਮੇਹੁਲ ਚੌਕਸੀ ਦਾ ਨਾਂ ਆ ਜਾਂਦਾ ਹੈ, ਕਦੀ ਨੀਰਵ ਮੋਦੀ ਦਾ ਨਾਂ ਆ ਜਾਂਦਾ ਹੈ, ਕਦੀ ਹੋਰ ਕਈ ਇਹੋ ਜਿਹੇ ਘੁਟਾਲੇ ਸਾਹਮਣੇ ਆਉਂਦੇ ਕੁਝ 100 ਕਰੋੜ। ਮੈਂ ਤਾਂ ਨਾ ਬੈਂਕਾਂ ਵਾਲਿਆਂ ਤੇ ਹੈਰਾਨ ਹੁੰਦਾ ਅਕਸਰ ਜੀ, ਵੀ ਭਾਈ 100 ਕਰੋੜ ਰੁਪਇਆ ਲੈ ਕੇ, 200 ਕਰੋੜ ਰੁਪਇਆ ਲੈ ਕੇ, 5000 ਕਰੋੜ ਰੁਪਇਆ ਲੈ ਕੇ ਭੱਜ ਜਾਂਦੇ ਲੋਕ। ਵਾਟਰ ਕੂਲਰ ਦੇ ਨਾਲ ਜਿਹੜਾ ਗਲਾਸ ਆ ਸੜਿਆ ਜਾ ਉਹਨੂੰ ਸੰਗਲੀ ਪਏ ਬੈਠੇ ਹੁੰਦੇ। ਕਹਿਣਾ ਸਾਹਿਬ ਮੈਂ ਲੈਣਾ ਸੀ ਜਦੋਂ ਕਰਜ਼ਾ ਤੇ ਮੈਨੂੰ ਹੀ ਪਤਾ ਵੀ ਕਿੰਨੀਆਂ ਲੇਲਣੀਆਂ ਕੱਢਣੀਆਂ ਪਈਆਂ ਮੈਨੂੰ ਬੈਂਕਾਂ ਦੀਆਂ, ਕਿਹੜੇ ਕਿਹੜੇ ਮੈਨੂੰ ਆਪਣੇ ਜਿਹੜੇ ਪੱਤਰ ਨੇ, ਕਾਗਜ਼ ਪੱਤਰ ਉੱਥੇ ਜਮ੍ਹਾਂ ਕਰਾਉਣੇ ਪਏ, ਕਿਹਨਾਂ ਕਿਹਨਾਂ ਲੋਕਾਂ ਤੋਂ ਸਾਈਨ ਕਰਾਉਣੇ ਪਏ, ਵੀ ਭਰਾਵਾ ਮੋੜ ਦਊਂਗੀ ਕਿਤੇ ਨਹੀਂ ਜਾਂਦੀ। ਤੁਸੀਂ ਕਹਿਣਾ ਸੀ ਮੇਰਾ ਨਾਮ ਹਰਮਨਥ ਹੈ, ਵਿਜੇ ਮਾਲਿਆ ਨਹੀਂ, ਮੈਂ ਕੋਈ ਨੀਰਵ ਮੋਦੀ ਨਹੀਂ ਹੈਗੀ ਜੀ, ਹੈ ਨਾ। ਤੇ ਮਤਲਬ ਸਾਡੇ ਕੋਲ ਤਾਂ ਇੰਨੀ ਪੁੱਛ ਪੜਤਾਲ, ਸਾਡੇ ਕੋਲ ਇੰਨੇ ਸਾਰੇ ਕਾਗਜ਼ ਪੱਤਰ ਇਹਨਾਂ ਨੇ ਲਏ, ਤੇ ਇਹ ਲੋਕ ਪਤਾ ਨਹੀਂ ਕਿਵੇਂ ਭੱਜ ਜਾਂਦੇ ਨੇ। ਉਹ ਚਲੇ ਜਾਂਦੇ ਆ, ਉਹ ਜਿਹੜੇ ਨਾ ਜਿਹੜੇ 1000 ਕਰੋੜ ਰੁਪਇਆ ਲੈ ਕੇ ਭੱਜਦੇ ਆ, ਉਹਨਾਂ ਦੇ ਵਾਸਤੇ ਨਹੀਂ ਕੋਈ, ਜਿਵੇਂ ਤੁਸੀਂ ਜਦੋਂ ਆਪਦੀ ਬੈਂਕ ਜਾਂਦੇ ਹੋਵੋਗੇ, ਪੈਨ 2 ਰੁਪਈਆਂ ਦਾ ਉਹਦੇ ਨਾਲ ਧਾਗਾ ਬੰਨਿਆ ਹੋਊਗਾ ਜੀ, ਐ ਹੁੰਦਾ ਜੀ। ਉਹਨਾਂ ਨੇ ਬਚਤ ਕਰਨੀ ਆ, ਰੁਪਈਆ ਰੁਪਈਆ ਜੋੜ ਕੇ ਬੈਂਕਾਂ ਚੱਲ ਦਗਾ, ਐਵੇਂ ਨਹੀਂ। ਤੁਸੀਂ ਵੈਸੇ ਬੈਂਕ ਦੇ ਹੱਕ ਚੋ ਕਿ ਮੇਰੇ, ਮੈਂ ਤੁਹਾਡੇ ਹੱਕ ਚ, ਇਹ ਕੈਸਾ ਹੱਕ ਸੀ ਡਾਣਾ ਸਾਹਿਬ, ਮੈਂ ਨੌਕਰ ਹੋਈ ਜਾਂਦੀ ਵੀ ਕਰਜ਼ਾ ਇੰਨਾ, ਤੁਸੀਂ ਉਹਨਾਂ ਦੇ 2 ਰੁਪਈਆ ਦੇ ਪੈਨ ਤੇ ਅੜੇ ਹੋਏ ਹੋ। ਉਹ ਮੈਂ ਸੰਕੇਤਕ ਤੌਰ ਦੇ ਉੱਤੇ ਸ਼ਰਮ ਦੇ ਰਿਹਾ, ਇੱਧਰ ਲੱਖਾਂ ਦੀ ਗੱਲ ਹੋ ਰਹੀ ਆ, ਮੈਂ ਸ਼ਰਮ ਦੇ ਰਿਹਾ ਉਹਨਾਂ ਨੂੰ। ਮੈਨੂੰ ਥੋੜੀ ਹਿੰਮਤ ਦਿਓ, ਉਹਨਾਂ ਨੂੰ ਸ਼ਰਮ ਨਹੀਂ ਅੱਜ ਤਾਂ ਹੀ ਨਹੀਂ ਆਈ। ਤੁਸੀਂ ਨਾ ਮੋੜੋ ਪੈਸੇ ਡਾਣਾ ਸਾਹਿਬ, ਉਹਨਾਂ ਨੇ ਮੁੜ ਕੇ ਤੁਹਾਨੂੰ ਨਹੀਂ ਪੁੱਛਣਾ ਵੀ ਅਖੀਰਲੀ ਵਾਰ ਬੀਬਾ ਜੀ ਨੂੰ ਕਿੱਥੇ ਦੇਖਿਆ ਸੀ। ਮੈਂ ਕਹੂੰਗਾ ਤੁਸੀਂ ਸ਼ਰਮ ਕਰੋ, ਬੀਬੀਆਂ ਵੱਲ ਵੇਂਦਾ ਮੈਂ ਇਸ ਉਮਰ 'ਚ ਚੰਗਾ ਲੱਗਦਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਟਾਣਾ ਸਾਹਿਬ ਤੁਸੀਂ ਕਦੀ ਘਰੇ ਕੁੱਤਾ ਰੱਖਿਆ? ਨਹੀਂ ਰੱਖਿਆ। ਕਿਉਂ? ਉਦਾਂ ਹੀ ਤੁਹਾਨੂੰ ਪਤਾ ਸਭ ਤੋਂ ਵਫਾਦਾਰ, ਮੈਂ ਲੇਟ ਲਤੀਫੀ ਦਾ ਸ਼ਿਕਾਰ ਹੋ ਜਾਂਦਾ ਜੀ, ਮੇਰਾ ਆਪ ਦਾ ਨਹੀਂ ਪਤਾ ਮੈਂ ਰੋਟੀ ਕਿੰਨੇ ਵਜੇ ਖਾਣੀ ਆ, ਉਹ ਵਿਚਾਰਾ ਚੌਂ ਚੌਂ ਕਰਦਾ ਰਵੇ, ਵਉ ਵਉ ਕਰਦਾ ਰਵੇ ਜੀ, ਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਣੀ। ਵੈਸੇ ਤੁਹਾਡੇ ਮਹੱਲੇ ਦੇ ਵਿੱਚ ਜਿਹੜੇ ਕੁੱਤੇ ਰਹਿੰਦੇ ਨੇ, ਮੈਂ ਸੁਣਿਆ ਤੁਹਾਡਾ ਉਹਨਾਂ ਨਾਲ ਵੀ ਬੜਾ ਪ੍ਰੇਮ। ਬਈ ਮੈਨੂੰ ਬਹੁਤ ਦੁੱਖ ਹੁੰਦਾ ਕੋਈ ਵੀ ਬੰਦਾ ਮੇਰੇ ਕੰਮ ਦੇ ਵਿੱਚ ਖਲਲ ਪਾਵੇ, ਭਾਵੇਂ ਬੰਦਾ ਛੱਡੋ ਚਲੋ ਕੁੱਤਾ ਪਾਵੇ ਜੀ, ਮੈਨੂੰ ਬਹੁਤ ਦੁੱਖ ਹੁੰਦਾ ਜੀ ਜਦੋਂ ਕੁੱਤਾ ਗਲੀ ਦੇ ਵਿੱਚ ਆ ਕੇ ਰੋਂਦਾ, ਜਦੋਂ ਕੁੱਤਾ ਕੁੱਤੇ ਦੀ ਲੱਤ ਫੜਦਾ, ਜਦੋਂ ਕਲੋਲਾਂ ਕਰਦੇ ਆ ਤੇ ਮੇਰੀ ਇਕਾਗਰਤਾ ਇੰਨੀ ਭੰਗ ਕਰਦੇ, ਇੱਧਰ ਮੇਰਾ ਖਬਰਾਂ ਪੜ੍ਹਨ ਦਾ ਟਾਈਮ ਹੋਇਆ ਹੁੰਦਾ, ਇੱਧਰ ਕੋਈ ਨਾ, ਹੁਣ ਹੋਰ ਦੱਸਦਾ, ਕੁੱਤੇ ਤਾਂ ਚਲੋ ਕੁੱਤੇ, ਉਹਨਾਂ ਨੂੰ ਤਾਂ ਆਪਾਂ ਡਲਾ ਮਾਰ ਕੇ ਭਜਾ ਦੇਵਾਂਗੇ, ਉਹ ਸਾਡੇ ਮੁਹੱਲੇ ਦੇ ਵਿੱਚ ਹੋਰ ਕੰਮ ਸ਼ੁਰੂ ਹੋ ਗਿਆ ਹੁਣ, ਉਹ ਸਬਜ਼ੀ ਵੇਚਣ ਵਾਲੇ ਪੌਂ ਪੌਂ ਪਿੰਡੀ ਮਿਰਚਾਂ, ਹਾਂ ਮਿਰਚਾਂ ਸੌਰੀ, ਇੰਜ ਕਰਕੇ ਮੈਂ ਐਡੀ ਗਾਲੀ ਕੱਢਦਾ ਮਨ ਚ, ਹਾਂ ਉਹ ਨਿਕਲ ਜਾਂਦਾ, ਮਗਰ ਹੋਰ ਕਹੂਗਾ ਰੱਦੀ ਵਾਲੇ ਲੋਹਾ ਵੇਚ, ਪਲਾਸਟਿਕ ਮਗਰ ਕੋ ਖੰਡ ਵਾਲੇ ਗਿਲੇ ਦਾਲ ਲੂਣ ਵਾਲੇ। ਹੁਣ ਤੁਹਾਡੀ ਗਲੀ ਚ ਲੋਕ ਆਉਣੋ ਹਟ ਜਾਣ, ਨਹੀਂ ਲੋਕ ਆਉਣ ਪਰ ਪੂੰ ਪੂੰ ਵਜਾਉਣ ਦੀ ਕੀ, ਭਾਂਪੂ ਕਦੋਂ ਵਜਾਉਂਦੇ ਹੋ? ਨਾਲੇ ਸਰ ਲੋਕਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਬਾਹਰ ਕੋਈ ਗਲੀ ਚ ਫਿਰਦਾ? ਜਦੋਂ ਭਾਂਪੂ ਵੀ ਵਜਾਉਂਦੇ ਆਪ ਵੀ ਬੋਲਦੇ ਆ ਇੱਕ ਚੀਜ਼ ਵਜਾ ਲਓ, ਜਾਂ ਆਪ ਬੋਲੋ ਜਾਂ ਪਾਂਪੂ ਠੀਕ ਆ। ਨਹੀਂ ਪਾਂਪੂ ਛੱਡੋ ਤੁਸੀਂ, ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੇ ਇੱਕ ਨਾ ਖੋਜ ਹੋਈ ਆ ਹੁਣ, ਕੁੱਤਾ ਪ੍ਰੇਮ ਦੇ ਉੱਤੇ ਖੋਜ। ਅੱਛਾ ਕੁੱਤਾ ਪ੍ਰੇਮ ਜੀ, ਮੈਨੂੰ ਕੁੱਤੇ ਬਹੁਤ ਚੰਗੇ ਲੱਗਦੇ ਨੇ। ਅੱਛਾ ਜੀ, ਮੈਨੂੰ ਜਿਹੜੇ ਸਾਡੇ ਮੱਲੇ ਚੋਂ ਲੈ ਜੋ 40-45 ਆ। ਨਹੀਂ ਮੈਨੂੰ ਜਾਨਵਰਾਂ ਨਾਲ ਬਹੁਤ ਪ੍ਰੇਮ ਆ ਟਹਿਣਾ ਸਾਹਿਬ। ਅੱਛਾ, ਤੇ ਤੁਸੀਂ ਇਹ ਮੈਨੂੰ ਪਹਿਲਾਂ ਦੱਸਿਆ ਹੁੰਦਾ ਜੇਕਰ, ਤੇ ਮੈਂ ਕੋਸ਼ਿਸ਼ ਕਰਦਾ ਵੀ ਨਗਰ ਨਿਗਮ ਵਾਲਿਆਂ ਨੂੰ ਕਹਿ ਕੇ ਤੁਹਾਡੇ ਘਰ ਦੇ ਵਿੱਚ ਕੁੱਤੇ ਛੱਡ ਕੇ ਅੱਗੇ 40-45 ਸਾਡੇ ਮੁਹੱਲੇ ਵਾਲੇ। ਤੁਹਾਨੂੰ ਪਤਾ ਜਿਹੜੇ ਸਾਡੇ ਮੁਹੱਲੇ ਵਾਲੇ ਕੁੱਤੇ ਨੇ ਉਹ ਸਾਰੇ ਮੇਰੇ ਆੜੀ ਨੇ। ਵਾਹ ਵਾਹ, ਮੈਂ ਜਦੋਂ ਘਰੋਂ ਬਾਹਰ ਨਿਕਲਦੀ ਆ ਉਹ ਸਾਰੇ ਜਿੱਥੋਂ ਤੱਕ ਮੈਂ ਜਾਣਾ ਹੁੰਦਾ ਮੇਰੇ ਨਾਲ ਨਾਲ ਚੱਲਦੇ ਨੇ। ਜਦੋਂ ਮੈਂ ਹੁਣ ਪਰਸੋਂ ਗਿਆ ਨਾ ਘਰੇ ਤੇ ਇੱਕ ਕੁੱਤਾ ਆਇਆ, ਐਂ ਜੇ ਕਰਦਾ, ਕੁੱਤਾ ਐਂ ਕਿਵੇਂ ਕਰ ਸਕਦਾ, ਉਹ ਐ ਪੂਛ ਜੀ ਹਿਲਾਉਂਦਾ ਆਵੇ, ਐਂ ਜੇ ਕਰਕੇ ਐਂ ਜੇ ਕਰਦਾ ਆਵੇ, ਤੇ ਮੈਨੂੰ ਲੱਗਾ ਵੀ ਇਹਨੂੰ ਐਂ ਜਾਪਦਾ ਵੀ ਮੈਂ ਇਹਨੂੰ ਕੁਝ ਦੇਣਾ ਆਉਂਗਾ। ਮੈਂ ਉਹਨੂੰ ਸਮਝਾਤਾ, ਮੈਂ ਕਿਹਾ ਮੈਂ ਤਾਂ ਆਪ ਭੁੱਖਾਂ ਜੇ, ਹਲੇ ਰੋਟੀ ਖਾਣੀ ਜਾ ਕੇ, ਹੁਣ ਘਰੇ ਪਹੁੰਚਿਆ ਤੇ ਮੈਂ ਤੈਨੂੰ ਕਿਧਰੋਂ ਪੂੜੇ ਬਣਾ ਦਿਆਂ। ਉਹਨੇ ਮੋਰੇ ਅੱਖਾਂ ਨਹੀਂ ਗਿੱਲੀਆਂ ਕੀਤੀਆਂ ਵੀ ਦੋਸਤ, ਮੈਨੂੰ ਤੇਰੇ ਤੇ ਤਰਸ ਹੀ ਆ ਗਿਆ, ਮੁੜ ਕੇ ਰੁਮਾਲ ਨਾਲ ਅੱਖਾਂ ਪੂੰਝ ਲਈਆਂ। ਤੁਸੀਂ ਕਿਹੜੀ ਖੋਜ ਹੋਈ ਸੀ ਜਿਹੜੀ ਇਹ ਦੱਸੋ, ਹਾਂ ਹੋਰ ਹੀ ਕਹਾਣੀ ਬਖ ਬਹਿ ਜਾਂਦੇ ਆ, ਮੁੜ ਕੇ ਰੁਮਾਲ ਕੱਢ ਕੇ ਦੀਆਂ ਅੱਖਾਂ ਪੂੰਝ ਲਈਆਂ ਸੀ ਵੀ ਤੂੰ ਹੀ ਮੇਰੇ ਦਰਦ ਨੂੰ ਸਮਝਿਆ ਮਿੱਤਰਾ। ਮੈਂ ਗੱਲ ਕਰ ਰਹੀ ਸੀ ਕੁੱਤਾ ਪ੍ਰੇਮ ਤੇ ਖੋਜ ਹੋਈ ਹੈ ਜੀ, ਇਹ ਜਿਹੜੀ ਖੋਜ ਹੈ, ਬਸ ਇਹੀ ਇੱਕ ਰਹਿ ਗਈ ਸੀ, ਬਾਕੀ ਤਾਂ ਹਰ ਗੱਲ ਤੇ ਹੋ ਗਈ ਹੈ ਜੀ। ਇਹ ਜਿਹੜੀ ਖੋਜ ਹੈ ਇਹ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿੱਚ ਹੋਈ ਹੈ, ਉਥੋਂ ਦੇ ਸੰਸਥਾਪਕ ਨੇ ਕਲਾਈਵ ਵਾਈ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਡੌਗ ਇਜ਼ ਲਵ, ਡੌਗ ਇਜ਼ ਲਵ ਵਾਈ ਐਂਡ ਹਾਊ ਯੋਰ ਡੌਗ ਲੁਕਸ ਯੂ। ਅੱਛਾ ਜੀ, ਇਹ ਉਹਦਾ ਨਾਮ ਹੈ, ਬੜੀ ਖੂਬਸੂਰਤ ਕਿਤਾਬ ਆ ਬਈ, ਹੋਏ ਹੋਏ ਬੜਾ ਸੋਹਣਾ ਨਾਂ ਰੱਖਿਆ ਜੀ, ਕੀ ਰੱਖਿਆ? ਡੌਗ ਇਜ਼ ਲਵ, ਡੌਗ ਇਜ਼ ਲਵ, ਇਥੋਂ ਤੱਕ ਤਾਂ ਠੀਕ ਹੈ, ਵਾਈ ਐਂਡ ਹਾਊ ਯੋਰ ਡੌਗ ਲੁਕਸ ਯੂ। ਅੱਛਾ, ਫਿਰ ਸੀ ਯੂ ਬਹੁਤ ਕਮਾਲ ਦੀ ਕਿਤਾਬ ਹੋ ਗਈ, ਸੀ ਯੂ ਨਹੀਂ, ਇਹਦਾ ਮਤਲਬ ਇਹ ਹੈ ਕਿ ਕਿਉਂ
ਤੇ ਕਿਵੇਂ ਤੁਹਾਡਾ ਕੁੱਤਾ ਤੁਹਾਡੇ ਵੱਲ ਵੇਖਦਾ ਹੈ? ਤੇ ਇਸ ਕਿਤਾਬ ਦੇ ਵਿੱਚ ਜਨਾਬ ਨੇ ਇੱਕ ਹੋਰ ਗੱਲ ਲਿਖੀ ਆ, ਉਹ ਕਹਿੰਦੇ ਵੀ ਕੁੱਤੇ ਦਾ ਮਾਲਕ ਆ ਜਿਹੜਾ ਉਹਦੇ ਮੂਹਰੇ ਚੀਜ਼ ਰੱਖੀ ਹੋਵੇ ਖਾਣ ਦੇ ਲਈ ਤੇ ਉਧਰੋਂ ਕੁੱਤੇ ਦੇ ਮੂਹਰੇ ਵੀ ਚੀਜ਼ ਰੱਖ ਦੇਵੇ, ਤੇ ਕਹਿੰਦੇ ਵੀ ਕੁੱਤਾ ਇੰਨਾ ਪ੍ਰੇਮੀ ਆ ਤੇ ਵਫਾਦਾਰ ਆ, ਉਹ ਸਿੱਧਾ ਚੀਜ਼ ਵੱਲ ਨਹੀਂ ਜਾਊਗਾ, ਪਹਿਲਾਂ ਉਸ ਚੀਜ਼ ਤੋਂ ਮੂੰਹ ਪਵਾ ਕੇ ਤੇ ਮਾਲਕ ਦੇ ਕੋਲੇ ਆਊਗਾ ਤੇ ਫਿਰ ਉਹ ਖਾਣ ਵਾਲੀ ਚੀਜ਼ ਕੋਲੇ ਜਾਊਗਾ। ਮੈਂ ਕਿਹਾ ਵੀ ਐਰੀਜ਼ੋਨਾ ਦੇ ਵਿੱਚ ਚੱਲਦਾ, ਸਾਡੇ ਮਹੱਲੇ ਤੇ ਨਹੀਂ ਚੱਲਦਾ। ਜੀ ਜੀ ਜੀ, ਸਾਡੇ ਵਾਲੇ ਤਾਂ ਇੱਥੇ ਬੰਦਾ ਖਾ ਜਾਂਦੇ ਆ ਜੀ। ਹਾਂ, ਮਾਲਕ ਮੂਲਕ ਨੂੰ ਵੀ ਛੱਕ ਜਾਂਦੇ ਕਈ ਵਾਰੀ, ਇੱਥੇ ਮਾਲਕ ਆਪ ਖਾਣ ਦੀ ਤਿਆਰੀ ਚ ਹੁੰਦਾ, ਉਹ ਪਹਿਲਾਂ ਕਹਿੰਦਾ ਹਾਂ ਤੂੰ ਕਿੱਧਰ, ਮਾਲਕ ਇੱਥੇ ਸੈਰ ਤੇ ਗਿਆ ਹੁੰਦਾ, ਕੁੱਤਾ ਉਹਨੂੰ ਚੱਟ ਜਾਂਦਾ। ਜੀ ਬਿਲਕੁਲ ਸਹੀ ਗੱਲ ਹੈ। ਸੋ ਇਹ ਇਹਨਾਂ ਭਾਈ ਸਾਹਿਬ ਨੂੰ ਚਾਹੀਦਾ ਵੀ ਜੇ ਇਹਨਾਂ ਨੇ ਕਿਤਾਬ ਲਿਖਣੀ ਹੈ ਸਾਡੇ ਮਹੱਲੇ ਚ ਆਉਣ, 10 ਦਿਨਾਂ ਦੇ ਵਿੱਚ ਮੈਂ ਕੁੱਤੇ ਦੀਆਂ ਸਾਰੀਆਂ ਗੱਲਾਂ ਦੱਸ ਦੇਣੀਆਂ ਵੀ ਇਹ ਕਿਵੇਂ ਤੰਗ ਕਰਦੇ ਆ, ਕਿਵੇਂ ਪੰਜਾਬ ਦੇ ਵਿੱਚ ਕੁੱਤੇ ਮਨੁੱਖ ਨੂੰ ਭੋਜਨ ਬਣਾ ਕੇ ਖਾ ਗਏ, ਕਿਵੇਂ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਤੇ ਕਿਵੇਂ ਸਾਡੀਆਂ ਸਰਕਾਰਾਂ ਦਾ ਵੀ ਕੁੱਤਾ ਪ੍ਰੇਮ ਆ, ਸਾਨੂੰ ਕੁਛ ਨਹੀਂ ਕਰਨ ਦਿੰਦੀਆਂ। ਬਿਲਕੁਲ ਸਹੀ ਗੱਲ ਹੈ ਬਈ। ਮੇਰੇ ਦਿਲ ਦੇ ਚਿੱਟੇ ਕੁੜਤੇ ਤੇ ਕਿਉਂ ਦੁੱਖਾਂ ਦੇ ਰੰਗਾਂ ਦੀ ਬਾਲਟੀ ਡੋਲੀ ਆ, ਤੇ ਮੈਂ ਖਾਕਾ ਤੋਂ ਰੰਗ ਵਟਾ ਗਈ, ਕਹਿੰਦੀ ਹੋਲੀ ਹੈ। ਓਹੋ, ਹਾਂਜੀ, ਅੱਛਾ ਠੀਕ ਹੈ ਜੀ। ਵਿਨੇਪਾਲ ਬੁੱਟਰ ਹੋਰਾਂ ਨੇ ਗੀਤ ਗਾਇਆ ਸੀ ਵੀ ਮੈਂ ਖਾਕਾ ਤੋਂ ਰੰਗ ਵਟਾ ਗਈ, ਕਹਿੰਦੀ ਹੋਲੀ ਹੈ। ਵਾਹ, ਕੀ ਬਾਤ ਹੈ ਟਾਣਾ ਸਾਹਿਬ, ਪਰ ਤੁਹਾਨੂੰ ਇਹ ਗੀਤ ਕਿਵੇਂ ਯਾਦ ਹੈ? ਮੈਨੂੰ ਤਾਂ ਚੇਤੇ ਆਇਆ ਵੀ ਜਿਹੜੇ ਨਾ ਚੀਨੀ ਰੰਗ ਆ ਜੀ, ਉਹ ਲੋਕਾਂ ਨੂੰ ਬੜਾ ਤੰਗ ਕਰਦੇ ਆ ਜੀ। ਖਬਰ ਇੱਕ ਆਈ ਆ, ਬੜੀ ਹੈਰਾਨੀਜਨਕ ਵੀ, ਬੜੀ ਸਮਝਣ ਵਾਲੀ ਵੀ, ਤੇ ਬੜੀ ਦੂਜਿਆਂ ਨੂੰ ਸਮਝਾਉਣ ਵਾਲੀ ਵੀ, ਕਿਉਂਕਿ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਰੰਗ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਪਹੁੰਚ ਜਾਂਦੇ ਆ, ਹੋਲੀ ਵਾਲੇ ਦਿਨ ਵੀ ਤੇ ਹੋਲੀ ਵਾਲੇ ਦਿਨ ਤੋਂ ਬਾਅਦ ਵੀ ਨਿਆਣੇ ਜਿਹੜੇ ਪਚਕਾਰੀਆਂ ਲੈ ਕੇ ਦੂਜਿਆਂ ਦੇ ਬੂਥੇ ਰੰਗਦੇ ਆ, ਉਹ ਕਹਿੰਦੇ ਵੀ ਭਾਈ ਰੰਗਾਂ ਦਾ ਤਿਉਹਾਰ ਆ, ਚਲੋ ਰੰਗ ਇੱਕ ਦੂਜੇ ਤੇ ਪਾਉਣੇ ਚਾਹੀਦੇ ਆ, ਪਰ ਲੜਾਈਆਂ ਨਹੀਂ ਪਾਉਣੀਆਂ ਚਾਹੀਦੀਆਂ। ਕਈ ਵਾਰੀ ਬੰਦਾ ਘਰੋਂ ਤਿਆਰ ਹੋਇਆ ਹੁੰਦਾ ਨਿਕਲਿਆ ਤੇ ਉਹ ਚਿੱਟੇ ਰੰਗ ਦਾ ਕੁੜਤਾ ਹੁੰਦਾ, ਉੱਤੇ ਪਚਕਾਰੀ ਨਾਲ ਲਾਲ ਰੰਗ ਪਾ ਦਿੰਦੇ, ਬੰਦਾ ਫਿਰ ਤਿਆਰ ਹੋਣ ਜਾਂਦਾ, ਐਦਾਂ ਫਿਰ ਨਿਆਣੇ ਦੇ ਤੱਫੜ ਵੀ ਪੈ ਜਾਂਦੇ ਆ। ਪਰ ਜਿਹੜੇ ਨਾ ਚੀਨੀ ਕੈਪਸੂਲ ਆਏ ਆ, ਉਹ ਕਹਿੰਦੇ ਵੀ 35-40 ਰੁਪਏ ਦੇ ਇੱਕ ਡੱਬੀ ਆ, ਉਹਦੇ ਵਿੱਚ 35-40 ਕੈਪਸੂਲ ਆ। ਉਹ ਡੱਬੀਆਂ ਦੇ ਉੱਤੇ ਕੁਛ ਨਹੀਂ ਲਿਖਿਆ, ਉਹ ਰਸਾਇਣਿਕ ਕੈਪਸੂਲ ਆ, ਉਹਦੇ ਵਿੱਚ ਰਸਾਇਣ ਬਹੁਤ ਪਾਏ ਹੋਏ ਆ ਇਸ ਰੰਗ ਦੇ ਵਿੱਚ। ਇਹ ਜਿਹੜੇ ਨਿਆਣੇ ਆ, ਨਿਆਣੇ ਨੂੰ ਚਾਹ ਹੁੰਦਾ ਬਿਲਕੁਲ ਜਿਵੇਂ ਕੈਪਸੂਲ ਤੁਸੀਂ ਆਮ ਖਾਂਦੇ ਆ ਦਵਾਈਆਂ, ਉਹ ਕੈਪਸੂਲ ਨਿਆਣੇ ਮੂੰਹ ਦੇ ਵਿੱਚ ਰੱਖ ਲੈਂਦੇ ਆ ਤੇ ਉਹ ਕੈਪਸੂਲ ਪਿਘਲ ਜਾਂਦਾ, ਉਤਲੀ ਪਰਤ ਆ ਜਿਹੜੀ ਉਹਦੀ ਪਿਘਲ ਜਾਂਦੀ ਆ, ਮੂੰਹ ਦੇ ਵਿੱਚ ਰੰਗ ਰਹਿ ਗਿਆ। ਫਿਰ ਉਸ ਤੋਂ ਬਾਅਦ ਨਿਆਣੇ ਆ ਜਿਹੜੇ ਉਹ ਘੁੱਟ ਭਰਦੇ ਪਾਣੀ ਦੀ ਤੇ ਫਿਰ ਦੂਜੇ ਦੇ ਉੱਤੇ ਪੂਫ ਕਰਕੇ ਪਾਉਂਦੇ ਆ ਤੇ ਇਹਦੇ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹਨਾਂ ਰੰਗਾਂ ਤੋਂ ਬਚਣਾ ਚਾਹੀਦਾ, ਰੰਗਾਂ ਦੇ ਨਾਲ ਇਦਾਂ ਨਹੀਂ ਖੇਡਣਾ ਚਾਹੀਦਾ। ਇਹ ਦੇਖੋ, ਇਹ ਜਿਹਨੇ ਵੀ ਖੋਜ ਕੀਤੀ ਪਹਿਲਾਂ ਤਾਂ ਉਹਨੂੰ ਭੰਨਣਾ ਚਾਹੀਦਾ ਵੀ ਇਹ ਕਿਹੜਾ ਕੰਮ ਚੋਂ ਕੰਮ ਹੈ। ਚੀਨ ਦੇ ਵੱਲੋਂ ਐਂ ਚੀਜ਼ਾਂ ਆਉਂਦੀਆਂ ਹੁੰਦੀਆਂ, ਸਹੀ ਗੱਲ ਹੈ, ਉੱਠੀਆਂ ਸਿੱਧੀਆਂ ਹੀ ਹੈ ਨਾ ਵੀ ਇਹ ਕਿਹੜਾ ਕੰਮਾਂ ਚੋਂ ਕੰਮ ਹੈ ਵੀ ਤੁਸੀਂ ਠੀਕ ਆ ਜੇ ਰੰਗਾਂ ਦਾ ਤਿਉਹਾਰ ਹੈ, ਪਹਿਲੀ ਗੱਲ ਤਾਂ ਪਾਣੀ ਦੀ ਬਰਬਾਦੀ ਬਿਲਕੁਲ ਨਹੀਂ ਹੋਣੀ ਚਾਹੀਦੀ, ਅਸੀਂ ਆ ਇੰਨਾ ਜ਼ਿਆਦਾ ਪਾਣੀ ਖਰਾਬ ਕਰ ਦਿੰਦੇ ਹਾਂ। ਸੁੱਕੇ ਰੰਗਾਂ ਦੇ ਨਾਲ ਤੁਸੀਂ ਖੇਡੋ, ਥੋੜਾ ਬਹੁਤ ਹਾਸਾ ਮਜ਼ਾਕ ਕਰੋ, ਪਰ ਤੰਗ ਕਰਨਾ ਕਿਸੇ ਨੂੰ ਜਾਂ ਇਦਾਂ ਦੀਆਂ ਨਵੀਆਂ ਤਕਨੀਕਾਂ ਦੱਸਣੀਆਂ, ਇਹ ਬੇਵਕੂਫੀ ਹੈ। ਬਿਲਕੁਲ ਸਹੀ ਗੱਲ ਆ। ਤੇ ਫਿਰ ਕਹਿੰਦੇ ਵੀ ਇਹ ਜਿਹੜੇ ਨਿਆਣੇ ਆ ਨਾ, ਇਹ ਉਹ ਕੈਪਸੂਲ ਨੂੰ ਖੋਲ ਕੇ ਤੇ ਹੱਥ ਦੇ ਉੱਤੇ ਰੰਗ ਮਲ ਕੇ ਬਾਅਦ ਦੇ ਵਿੱਚ ਗੱਲਾਂ ਕਰਕੇ ਦੂਜਿਆਂ ਦੇ ਉੱਤੇ ਧੱਫੇ ਲਾਉਂਦੇ ਆ, ਇਹ ਵੀ ਭਾਈ ਮਾੜੀ ਗੱਲ ਆ। ਰੰਗਾਂ ਦੀ ਜਿਹੜੀ ਆ ਇਬਾਰਤ ਸਮਝਣੀ ਚਾਹੀਦੀ ਆ, ਰੰਗ ਸਾਨੂੰ ਸੁਨੇਹਾ ਦਿੰਦੇ ਆ ਵੀ ਅਸੀਂ ਇੱਕ ਦੂਜੇ ਦੇ ਵਿੱਚ ਮਿਲ ਜਾਂਦੇ ਆ, ਘੁਲ ਮਿਲ ਕੇ ਰਹਿੰਦੇ ਆ। ਰੰਗ ਕਦੇ ਵੀ ਇਤਰਾਜ਼ ਨਹੀਂ ਕਰਦਾ ਵੀ ਗੁਲਾਬੀ ਦੇ ਵਿੱਚ ਕਾਲਾ ਕਾਹਤੋਂ ਪਾਤਾ, ਕਾਲੇ ਦੇ ਵਿੱਚ ਚਿੱਟਾ ਕਾਹਤੋਂ ਪਾਤਾ, ਉਹ ਮਿਲ ਕੇ ਰਹਿੰਦੇ ਆ। ਇਹ ਸਾਨੂੰ ਇਸ ਤਰੀਕੇ ਦੇ ਨਾਲ ਸਮਝਾਉਂਦੇ ਆ ਵੀ ਅਸੀਂ ਰਲ ਮਿਲ ਕੇ ਰਹੀਏ, ਜਾਤ ਪਾਤ ਦੇ ਚੱਕਰ 'ਚ ਨਾ ਪਈਏ, ਰੰਗਾਂ ਦੀ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਪਰ ਆਹ ਜਿਹੜਾ ਬਾਜ਼ਾਰਵਾਦ ਆ ਨਾ, ਇਹਨੇ ਸਭ ਕੁਝ ਦਾ ਕਬਾੜਾ ਕਰਕੇ ਰੱਖਤਾ। ਮੂੰਹ ਦੇ ਵਿੱਚ ਕੈਪਸੂਲ ਪਾਉਣ ਵਾਲਿਆਂ ਨੂੰ ਮੈਂ ਕੀ ਕਹਾਂ? ਨਹੀਂ, ਪਰ ਇਹ ਮਾਪਿਆਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਵੀ ਬੱਚਾ ਜਿੰਨਾ ਮਰਜ਼ੀ ਜ਼ਿੱਦ ਕਰਦਾ ਹੋਵੇ ਉਹਨੂੰ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਾ ਲੈ ਕੇ ਦਿਓ, ਕਿਉਂਕਿ ਉਹਦੀ ਸਿਹਤ ਤੇ ਹੀ ਬੁਰਾ ਪ੍ਰਭਾਵ ਹੈ ਨਾ। ਆਪਾਂ ਬੱਚੇ ਦੀ ਜ਼ਿੱਦ ਪਗਾਉਣ ਨੂੰ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਚੀਜ਼ਾਂ ਉਹਨੂੰ ਲੈ ਤਾਂ ਦਿੰਨੇ ਆ, ਪਰ ਮੁੜ ਕੇ ਸਿਹਤ ਤੇ ਕਿੰਨੇ ਜ਼ਿਆਦਾ ਨੈਗੇਟਿਵ ਇਫੈਕਟਸ ਨੇ। ਤੁਸੀਂ ਦੇਖੋ ਵੀ ਚੀਨ ਦੇ ਵਿੱਚੋਂ ਕੋਰੋਨਾ ਵਾਇਰਸ ਆ ਗਿਆ ਜੀ, ਚੀਨ 'ਚੋਂ ਆਈ ਡੋਰ ਲੋਕਾਂ ਦੀ ਜਾਨ ਦੇ ਲਈ ਖੌ ਬਣੀ ਆ, ਚੀਨ ਦੇ ਵਿੱਚੋਂ ਆਏ ਕੈਪਸੂਲ ਹੋਲੀ ਦੇ ਮੌਕੇ ਕੋਈ ਪਵਾੜਾ ਖੜਾ ਕਰਨਗੇ, ਔਰ ਚੀਨ ਦੇ ਵਿੱਚੋਂ ਆਈਆਂ ਨਕਲੀ ਸਬਜ਼ੀਆਂ ਤੇ ਕਦੀ ਨਕਲੀ ਆਂਡੇ ਤੇ ਕਦੀ ਨਕਲੀ ਚੌਲ, ਇਹ ਸਾਰਾ ਕੁਝ ਚੀਨ ਦੀ ਹੀ ਦੇਣ ਹੈ। ਸਾਨੂੰ ਸਮਝਣ ਦੀ ਲੋੜ ਹੈ ਵੀ ਆਪਾਂ ਬਚੀਏ। ਬਿਲਕੁਲ ਸਹੀ ਹੈ। ਔਰਤ ਨੇ ਆਪਦੇ ਪਤੀ ਨੂੰ ਸਬਕ ਸਿਖਾਤਾ। ਅੱਛਾ ਜੀ, ਖਬਰ ਆਈ ਹੈ ਬਾਹਰਲੇ ਮੁਲਕ ਦੇ ਵਿੱਚੋਂ, ਖਬਰ ਈਰਾਨ ਦੇ ਵੱਲੋਂ ਆ। ਅੱਛਾ ਜੀ, ਮੈਂ ਖਬਰ ਪੜ੍ਹੀ ਤੇ ਮੈਂ ਹੈਰਾਨ ਰਹਿ ਗਿਆ ਵੀ ਆਪਦੇ ਬੇਵਫਾ ਪਤੀ ਨੂੰ ਸਬਕ ਸਿਖਾਉਣ ਦੇ ਲਈ ਇਹੋ ਜਿਹੀਆਂ ਤਰਕੀਬਾਂ ਜਦੋਂ ਬੀਬੀਆਂ ਅਪਣਾਉਂਦੀਆਂ ਤਾਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੁੰਦੀ ਆ। ਕਈ ਲੋਕ ਕਹਿੰਦੇ ਵੀ ਭਾਈ ਠੀਕ ਕੀਤਾ, ਕਈ ਕਹਿੰਦੇ ਆਹ ਕੋਈ ਗੱਲ ਕੀਤੀ, ਬਿਲਕੁਲ ਸਹੀ, ਕੋਈ ਹੋਰ ਤਰੀਕਾ ਅਪਣਾਇਆ ਜਾ ਸਕਦਾ ਸੀ। ਕਹਿੰਦੇ ਵੀ ਇਸ ਥਾਂ ਦੇ ਉੱਤੇ ਇੱਕ ਔਰਤ ਨੂੰ ਆਪਦੇ ਪਤੀ ਦੀ ਬੇਵਫਾਈ ਦੇ ਉੱਤੇ ਕਈ ਤਰ੍ਹਾਂ ਦੇ ਇਤਰਾਜ਼ ਸੀਗੇ। ਹੁੰਦੇ ਹੀ ਹੈ,
ਹੋਣੇ ਵੀ ਸੀ, ਚਲੋ ਹੋ ਗਏ। ਉਸ ਤੋਂ ਬਾਅਦ ਇੱਕ ਦਿਨ ਘਰ ਵਾਲਾ ਕਰੇ ਹੈ ਨਾ, ਤੇ ਉਹਦੇ ਕਮਰੇ ਦੇ ਵਿੱਚੋਂ ਉਹਦੇ ਬੈੱਡਰੂਮ ਦੇ ਵਿੱਚੋਂ ਗੱਦਾ ਕੱਢ ਕੇ ਤੇ ਗੱਦੇ ਦੇ ਉੱਤੇ ਲਿਖਿਆ ਹੋਇਆ ਉਸ ਔਰਤ ਨੇ ਉਧਰਲੀ ਭਾਸ਼ਾ ਦੇ ਵਿੱਚ, ਕਹਿੰਦੀ ਵੀ ਤੇਰੀਆਂ ਕਰਤੂਤਾਂ ਦਾ ਮੈਨੂੰ ਪਤਾ ਲੱਗ ਗਿਆ। ਮੋਟੇ ਅੱਖਰਾਂ 'ਚ ਲਾਲ ਅੱਖਰਾਂ ਦੇ ਨਾਲ ਮੈਂ ਲਿਖਿਆ ਪੜਿਆ, ਉਹ ਕਹਿੰਦੀਆਂ ਤੇਰੀਆਂ ਕਰਤੂਤਾਂ ਦਾ ਮੈਨੂੰ ਪਤਾ ਲੱਗ ਗਿਆ, ਕੱਲ ਵੀ ਤੂੰ ਕਿਸੇ ਨੂੰ ਮਿਲਿਆ ਤੇ ਪਰਸੋਂ ਵੀ ਤੂੰ ਨਹੀਂ ਟਲਿਆ ਤੇ ਅੱਗੇ ਤੋਂ ਵੀ ਮਿਲੇਗਾ, ਮੈਨੂੰ ਇਸ ਗੱਲ ਦਾ ਪੱਕਾ ਯਕੀਨ ਆ ਕਿਉਂਕਿ ਤੂੰ ਨਹੀਂ ਹਟਦਾ। ਤੈਨੂੰ ਬਹੁਤ ਵਾਰੀ ਸਮਝ ਆਇਆ, ਨਿਆਣੇ ਵੀ ਆ ਜਿਹੜੇ ਉਹ ਤੈਨੂੰ ਆਉਂਦੇ ਸਮੇਂ 'ਚ ਨਫ਼ਰਤ ਕਰਨਗੇ, ਤੂੰ ਟੱਬਰ ਦੇ ਵਿੱਚ ਗੰਦ ਬਹੁਤ ਪਾਉਣਾ, ਇਸ ਕਰਕੇ ਅੱਜ ਤੋਂ ਬਾਅਦ ਤੂੰ ਘਰੇ ਨਾ ਵੜੀ, ਮੈਂ ਤਾਲੇ ਸਾਰੇ ਬਦਲ ਕੇ ਚੱਲੀ ਹਾਂ, ਕੁੰਡੇ ਕਾਂਡੇ ਮੈਂ ਪੱਕੇ ਤੌਰ ਦੇ ਉੱਤੇ ਲਾ ਚੱਲੀ ਹਾਂ, ਤੂੰ ਸਿਰਫ਼ ਆਪਣਾ ਗੱਦਾ ਲਿਜਾ ਸਕਦਾ, ਇਸ ਤੋਂ ਬਿਨਾਂ ਹੋਰ ਤੇਰਾ ਕੋਈ ਹੱਲ ਨਹੀਂ, ਤੂੰ ਸਾਡੇ ਘਰ ਦੇ ਵਿੱਚ ਨਹੀਂ ਵੜਨਾ, ਤੂੰ ਕੌਣ ਤੇ ਮੈਂ ਕੌਣ। ਪਰ ਦੇਖੋ ਗੱਲ ਜੇ ਬੇਵਫਾਈ ਦੀ ਆਪਾਂ ਕਰੀਏ, ਕਿਸੇ ਨੂੰ ਨਹੀਂ ਕਰਨੀ ਚਾਹੀਦੀ, ਕਿਸੇ ਨਾਲ ਵੀ ਨਹੀਂ। ਜੇ ਨਿਭਦੀ ਆ ਨਿਭਾਓ, ਨਹੀਂ ਨਿਭਦੀ ਤਾਂ ਅਗਲੇ ਨੂੰ ਸਾਫ਼ ਦੱਸ ਦਿਓ, ਭਾਈ ਮੈਂ ਮੇਰੀ ਤੇਰੇ ਨਾਲ ਨਹੀਂ ਨਿਭਦੀ, ਨਹੀਂ ਬਣਦੀ, ਤੇ ਆਪਾਂ ਅੱਡ ਹੋ ਜਾਈਏ। ਹੈ ਨਾ, ਕਿਸੇ ਨੂੰ ਵੀ ਦੁੱਖ ਦੇਣ ਦਾ, ਕਿਸੇ ਨੂੰ ਵੀ ਬੇਵਫਾਈ ਹੈ ਨਾ ਦੇਣ ਦਾ ਤੋਹਫੇ ਦੇ ਰੂਪ ਦੇ ਵਿੱਚ, ਇਹ ਕਿਸੇ ਨੂੰ ਹੱਕ ਨਹੀਂ ਆ। ਬਹੁਤ ਮਾੜੀ ਗੱਲ ਆ ਜੀ, ਇੱਦਾਂ ਨਹੀਂ ਕਰਨਾ ਸੀ ਚਾਹੀਦਾ। ਪਰ ਹੁਣ ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਕੀ ਬਚਕਾਨਾ ਗੱਲ ਆ, ਤੂੰ ਗੱਦੇ ਦੇ ਉੱਤੇ ਲਿਖ ਕੇ ਤੇ ਬਾਹਰ ਰੱਖਤਾ ਆਪਦੇ ਕੌਲੇ ਦੇ ਨਾਲ ਲਾ ਕੇ, ਤੇ ਇਹਦੇ ਨਾਲੋਂ ਕੋਈ ਉਹਦਾ ਫੋਨ ਦੇ ਉੱਤੇ ਕਹਿ ਦਿੰਦੀ, ਉਹਨੂੰ ਮੈਸੇਜ ਕਰ ਦਿੰਦੀ ਮੋਬਾਈਲ ਦੇ ਉੱਤੇ ਵੀ ਗੱਦੇ ਦੇ ਉੱਤੇ ਜਿਹੜਾ ਤੂੰ ਲਿਖਿਆ ਲੋਕਾਂ ਨੇ ਫੋਟੋ ਖਿੱਚ ਕੇ ਤੇ ਸੋਸ਼ਲ ਮੀਡੀਆ ਤੇ ਪਾਤੀ। ਨਹੀਂ, ਇਹ ਲੋਕਾਂ ਨੂੰ ਮਤਲਬ ਬੀਬੀ ਨੇ ਪੁੱਛਿਆ ਸੀ ਵੀ ਮੈਨੂੰ ਕੀ ਕਰਨਾ ਚਾਹੀਦਾ। ਨਹੀਂ ਤੇ ਲੋਕਾਂ ਦੇ ਕੋਲੇ ਗੱਲ ਤਾਂ ਪਹੁੰਚ ਗਈ ਨਾ, ਪਹੁੰਚ ਗਈ ਗੱਲ ਤਾਂ ਪਹੁੰਚ ਗਈ ਦਾ ਮਤਲਬ ਰਾਏ ਤਾਂ ਲੋਕਾਂ ਦੀ ਆ ਨਾ, ਉਹਨੇ ਤਾਂ ਨਹੀਂ ਕਿਹਾ ਵੀ ਮੈਨੂੰ ਰਾਏ ਦਿਓ। ਹਾਂ, ਇਹ ਪਤਾ ਨਹੀਂ ਕਿਉਂ ਇਦਾਂ ਕਰ ਦਿੰਦੇ ਨੇ ਉਹ ਵਿਚਾਰੀ ਤੇ, ਪਤਾ ਨਹੀਂ ਕੀ ਬੀਤੀ ਹੋਏਗੀ, ਕਿਵੇਂ ਕਿਵੇਂ ਉਹਨੇ ਪਹਿਲਾਂ ਸਮਝਾਇਆ ਹੋਏਗਾ, ਕਿਵੇਂ ਕਿਵੇਂ ਉਹ ਵਿਚਾਰੀ ਨੇ ਸਾਰਾ ਕੁਝ ਦੇਖਿਆ ਹੋਏ। ਮਾੜੀ ਗੱਲ ਕੀਤੀ ਬਾਈ, ਛਿੰਦਾ ਸਿਆ ਇਹ ਨੀ ਕਰਨਾ ਸੀ, ਉਹਦਾ ਨਾਂ ਜਿੰਦਾ ਸੀ। ਚਲੋ ਆਪਾਂ ਪੰਜਾਬੀ ਚ ਰੱਖ ਲੈਂਦੇ ਆ ਜੀ, ਪਰ ਗੱਲ ਇਹੀ ਹੈ, ਕਦੇ ਕਿਸੇ ਨਾਲ ਮਾੜਾ ਨਾ ਕਰੋ, ਜੇਕਰ ਕਿਸੇ ਨਾਲ ਨਿਭਦੀ ਆ ਨਿਭਾਓ, ਨਹੀਂ ਨਿਭਦੀ ਤਾਂ ਅੱਡ ਹੋ ਜਾਓ। ਤੇ ਬਾਕੀ ਫਿਲਹਾਲ ਆਪਾਂ ਹੁਣ ਪ੍ਰੋਗਰਾਮ ਸਮੇਟੀਏ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ, ਦੋਵਾਂ ਦੇ ਇਜਾਜ਼ਤ, ਸਤਿ ਸ੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।